ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ। ਦੱਖਣੇ ਮਹੱਲਾ ਪੰਜਵਾ, ਸੋ ਨਿਵਾਹੂ ਗੱਡ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰਮ ਪਵਿੱਤਰ ਅੰਗ 1099 ਤੋਂ ਸੰਥਿਆ ਆਰੰਭ ਹੋ ਰਹੀ ਹੈ। 13 ਪੌੜੀਆਂ ਮਹੱਲਿਆਂ ਸਮੇਤ ਸਰਵਣ ਕੀਤੀਆਂ ਨੇ ਮਾਰੂ ਦੱਖਣੇ ਵਾਰ ਦੀਆਂ। ਦੱਖਣੇ ਮਹੱਲਾ ਪੰਜਵਾ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੱਖਣਾ ਉਚਾਰਨ ਕਰਦੇ ਹਨ। ਸਾਹਿਬ ਜੀ ਕਹਿੰਦੇ ਸੋ ਨਿਵਾਹੂ ਗੱਡ। ਨਿਵਾਹੂ ਤੋਂ ਭਾਵ ਹੁੰਦਾ ਜੀ ਸਿਰ ਤੋੜ ਨਿਭਾਉਣ ਵਾਲਾ। ਪਾਤਸ਼ਾਹ ਕਹਿੰਦੇ ਵੀ ਭਾਈ ਜਿਹੜਾ ਉਹ ਪਰਮੇਸ਼ਰ ਹੈ ਨਾ, ਉਹ ਨਿਵਾਹੂ ਸਿਰ ਤੋੜ ਨਿਭਾਉਣ ਵਾਲਾ ਸਦਾ ਅੰਗ ਸੰਗ ਹੈ। ਉਸ ਪਰਮੇਸ਼ਰ ਦੇ ਵਿੱਚ ਗੱਡ ਗੱਡਣਾ ਕਰ ਆਪਣੇ ਚਿੱਤ ਨੂੰ ਟਿਕਾਉਣਾ ਕਰ, ਜਾਂ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ 'ਚ ਵਸਾਉਣਾ ਕਰ। ਜੋ ਚਲਾਊ ਨਾ ਥੀਆ, ਜਿਹੜਾ ਵਾਹਿਗੁਰੂ ਸਦਾ ਹੀ ਅੰਗ ਸੰਗ ਹੈ, ਜਿਹੜਾ ਕਦੀ ਵੀ ਚਲਾਊ ਹੁੰਦਾ, ਚਲਾਏ ਮਾਨ ਛੱਡ ਕੇ ਚਲੇ ਜਾਣ ਵਾਲਾ ਨਾ ਥੀਆ। ਨੰਨੇ ਦਾ ਨੰਨਾ ਮੁਕਤਾ ਹੈ ਧਿਆਨ ਰੱਖਣਾ। ਜੋ ਚਲਾਊ ਨਾ ਥੀਆ, ਜਿਹੜਾ ਚਲਾਏ ਮਾਨ ਨਹੀਂ ਥੀਆ ਹੁੰਦਾ, ਭਾਵ ਕਿ ਜੋ ਪਰਮੇਸ਼ੁਰ ਸਦਾ ਹੀ ਅੰਗ ਸੰਗ ਰਹਿੰਦਾ, ਸਾਥ ਨਹੀਂ ਛੱਡਦਾ, ਮਾਤਾ ਦੇ ਉਧਰ ਦੇ ਵਿੱਚ ਵੀ ਉਦੋਂ ਵੀ ਉਹੀ ਸਹਾਈ ਹੈ, ਮਰਨੇ ਤੋਂ ਬਾਅਦ ਵੀ ਜਦੋਂ ਆਤਮਾ ਨੂੰ ਲੇਖਾ ਦੇਣਾ ਪੈਂਦਾ ਉਹੀ ਸਹਾਈ ਹੈ, ਜਿਹੜਾ ਸਦਾ ਹੀ ਨਿਭਾਉਣ ਵਾਲਾ ਹੈ। ਉਹਦੇ ਨਾਲ ਆਪਣਾ ਮਨ ਚਿੱਤ ਜੋੜ, ਕਾਰ ਕੂੜਾ ਵੀ ਛੱਡ। ਫਿਰ ਮਹਾਰਾਜ ਕਹਿੰਦੇ ਜੋ ਪਰਮੇਸ਼ੁਰ ਦੇ ਤਾਂ ਭੁਲਾ ਦੇਵੇ ਨਾ ਕੰਮ, ਜਿਹੜੇ ਕੰਮਾਂ ਨਾਲ ਵਾਹਿਗੁਰੂ ਭੁੱਲੇ, ਉਹ ਦੁਨੀਆਂ ਦੀ ਕਾਰ ਕੂੜਾ ਵੀ ਛੱਡੋ। ਕੂੜਾ ਵੀ ਕੂੜ ਵਾਲੀ, ਝੂਠ ਵਾਲੀ, ਰੱਬ ਤੋਂ ਦੂਰ ਕਰਨ ਵਾਲੀ ਜਿਹੜੀ ਕਾਰ ਹੈ, ਜਿਹੜਾ ਕੰਮ ਹੈ ਇਹ ਛੱਡ ਦੇ, ਤਿਆਗ ਦੇਣਾ ਕਰ। ਲੋਭ ਲਾਲਚ ਛੱਡ ਦੇ ਸਾਰੇ। ਸੰਭਲ ਸੱਚ ਧਣੀ, ਤੇ ਸੱਚਾ ਹੈ ਧਣੀ ਵਾਹਿਗੁਰੂ ਮਾਲਕ, ਉਹਨੂੰ ਸੰਭਲ ਸੰਭਾਲਣਾ ਕਰ, ਆਪਣੇ ਹਿਰਦੇ 'ਚ ਯਾਦ ਕਰ। ਮਹੱਲਾ ਪੰਜਵਾ, ਹੱਬ ਸੁਮਾਣੀ ਜੋਤ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਮਹੱਲਾ ਉਚਾਰਦੇ ਨੇ ਹੱਬ ਸੁਮਾਣੀ ਜੋਤ, ਵੀ ਉਸ ਵਾਹਿਗੁਰੂ ਦੀ ਜੋ ਜੋਤ ਜੋਤੀ ਹੈ, ਉਹ ਹੱਬ ਸਾਰਿਆਂ ਦੇ ਵਿੱਚ ਹੀ ਸਮਾਣੀ ਸਮਾਈ ਹੋਈ ਹੈ, ਸਾਰਿਆਂ ਵਿੱਚ ਹੀ ਰੱਬ ਵੱਸਦਾ ਏ। ਜੋ ਜਲ ਘਟਾਊ ਚੰਦਰਮਾ, ਦ੍ਰਿਸ਼ਟਾਂਤ ਦਿੰਦੇ ਨੇ ਵੀ ਕਿਵੇਂ ਜੋਤ ਸਾਰਿਆਂ 'ਚ ਇੱਕ ਜੋਤ ਹੈ ਪਰ ਵੱਸਦੀ ਸਾਰਿਆਂ 'ਚ ਕਿਵੇਂ ਹੈ। ਕਹਿੰਦੇ ਜਿਵੇਂ ਜੋ ਜਲ, ਜਿਵੇਂ ਕਹਿੰਦੇ ਪਾਣੀ ਦਾ ਜਿਹੜਾ ਭਰਿਆ ਹੋਇਆ ਘਟਾਊ, ਘਟਾਊ ਬਹੁ ਵਚਨ, ਵੀ ਪਾਣੀ ਦੇ ਭਰੇ ਹੋਏ ਘੜੇ ਹੋਣ ਹਜ਼ਾਰਾਂ ਹੀ, ਅਤੇ ਚੰਦਰਮਾ ਦੇ ਇੱਕ ਹੀ ਹੈ ਨਾ, ਅਤੇ ਪਾਣੀ ਦੇ ਭਰਿਆਂ ਅਨੇਕਾਂ ਹੀ ਘੜਿਆਂ ਦੇ ਵਿੱਚ ਚੰਦਰਮਾ, ਚੰਦਰਮਾ ਦਾ ਜਿਹੜਾ ਪਰਛਾਵਾਂ ਪੈਂਦਾ ਹੈ ਉਹਦਾ ਪ੍ਰਤੀਬਿੰਬ ਦਿਖਦਾ ਹੈ। ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਸਾਰਿਆਂ ਦੇ ਅੰਤਕਰ ਰੂਪੀ ਜਿਹੜੇ ਘੜੇ ਹਨ, ਇਹਨਾਂ ਦੇ ਵਿੱਚ ਕਾਮਨਾ ਦੇ ਕਰਮਾਂ ਰੂਪੀ ਪਾਣੀ ਪਿਆ ਹੋਇਆ ਭਰੇ ਨੇ, ਅਤੇ ਇਹਨਾਂ ਦੇ ਵਿੱਚ ਪਰਮੇਸ਼ੁਰ ਦੀ ਜੋ ਪ੍ਰਤਕ ਜੋਤ ਹੈ ਉਹਦਾ ਪ੍ਰਤੀਬਿੰਬ ਪੈ ਰਿਹਾ ਹੈ, ਜਿਸ ਕਾਰਨ ਸਾਰੇ ਹੀ ਜੀਵ ਜਿਹੜੇ ਨੇ ਇਹ ਚੱਲ ਫਿਰ ਰਹੇ ਹਨ। ਸਭ ਜੂਨੀਆਂ ਜਿਹੜੀਆਂ ਨੇ ਇਹ ਆਪੋ ਆਪਣੀ ਹਰਕਤ ਕਰ ਰਹੀਆਂ ਨੇ, ਕਿਉਂਕਿ ਮਾਲਕ ਦੀ ਜੋਤ ਅੰਦਰ ਪ੍ਰਕਾਸ਼ ਰਹੀ ਹੈ। ਜਿਵੇਂ ਇੱਕ ਚੰਦਰਮਾ ਅਨੇਕਾਂ ਹੀ ਪਾਣੀ ਦੇ ਘੜਿਆਂ 'ਚ ਵੀ ਦਿਖਦਾ ਹੈ ਪਰ ਘੜਾ ਟੁੱਟਣ ਨਾਲ ਚੰਦਰਮਾ ਨਹੀਂ ਨਾਸ਼ ਹੁੰਦਾ, ਐਵੇਂ ਪਰਮੇਸ਼ੁਰ ਸਾਰਿਆਂ 'ਚ ਵੱਸਦਾ ਹੈ। ਬੰਦੇ ਦੇ ਮਰਨ ਨਾਲ, ਕਿਸੇ ਜੀਵ ਜੰਤੂ ਦੇ ਮਰਨ ਨਾਲ ਵਾਹਿਗੁਰੂ ਨਾਸ ਨਹੀਂ ਹੁੰਦਾ। ਪ੍ਰਗਟ ਥੀ ਆਪ, ਉਹ ਜੋਤੀ ਸਰੂਪ ਵਾਹਿਗੁਰੂ ਉਹਨਾਂ ਨੂੰ ਆਪ ਕਹਿੰਦੇ ਵੀ ਪ੍ਰਗਟ ਥੀਆ ਹੋਇਆ ਹੈ, ਉਹਨਾਂ ਨੂੰ ਸਾਖਿਆਤ ਦਰਸ਼ਨ ਦਿੱਤੇ ਨੇ। ਨਾਨਕ ਮਸਤਕ ਲਿਖਿਆ, ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਉੱਤੇ ਪਰਮੇਸ਼ੁਰ ਨੇ ਸ੍ਰੇਸ਼ਟ ਲਿਖਿਆ ਹੋਇਆ ਹੈ, ਧੁਰੋਂ ਹੀ ਸਤ ਸੰਗਤ ਕਰਨ ਦਾ, ਗੁਰਾਂ ਦੀ ਪ੍ਰਾਪਤੀ ਦਾ, ਉਹਨਾਂ ਨੂੰ ਵਾਹਿਗੁਰੂ ਪ੍ਰਗਟ ਹੋਇਆ ਹੈ। ਮਹੱਲਾ ਪੰਜਵਾ, ਮੁਖ ਸੁਹਾਵੇ ਨਾਮ ਚਾਉ। ਹਰ ਕੋਈ ਕਹਿੰਦਾ ਵੀ ਮੇਰਾ ਮੁਖ ਮੂੰਹ ਸੋਹਣਾ ਲੱਗੇ, ਉਹਦੇ ਲਈ ਯਤਨ ਅਨੇਕਾਂ ਕਰਦੇ ਹਨ, ਅਤੇ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਮੁਖ ਕਿਹੜਾ ਸੁਹਾਵਾ ਹੈ, ਮੁਖ ਸੁਹਾਵੇ ਨਾਮ ਚਾਉ। ਚਾਉ ਨਾਮ ਹੈ ਉਚਾਰਨ ਕਰਨ ਦਾ,
ਕਹਿੰਦੇ ਵੀ ਉਹ ਮੁੱਖ ਸੋਹਣੇ ਹਨ, ਸੁਹਾਵੇ ਹਨ, ਜਿਹੜੇ ਨਾਮ ਉਚਾਰਨ ਕਰਦੇ ਨੇ, ਜਿਨ੍ਹਾਂ ਮੁੱਖਾਂ ਦੇ ਵਿੱਚੋਂ ਜਿਸ ਮੂੰਹ ਤੋਂ ਪਰਮੇਸ਼ਰ ਦਾ ਸਿਮਰਨ ਹੁੰਦਾ, ਉਹ ਮੂੰਹ ਸੋਹਣਾ ਹੈ, ਸ਼ੋਭਾ ਦੇ ਸਹਿਤ ਹੈ। ਜਾਂ ਸਾਨੂੰ ਹੁਕਮ ਕਰ ਰਹੇ ਨੇ, ਕਹਿੰਦੇ ਵੀ ਮੁੱਖ ਸੁਹਾਵੇ ਨਾਮ ਚਾਉ, ਵੀ ਆਪਣੇ ਮੂੰਹ ਦੇ ਨਾਲ ਰਸਨਾ ਨਾਲ ਸੁਹਾਵਾ ਹੈ, ਸ਼ੋਭਨੀਕ ਹੈ ਵਾਹਿਗੁਰੂ ਦਾ ਨਾਮ। ਨਾਮ ਜਪਣ ਵਾਲਾ ਵੀ ਸ਼ੋਭਨੀਕ ਹੈ ਤੇ ਨਾਮ ਹੀ ਸ਼ੋਭਨੀਕ ਹੈ, ਉਸ ਨਾਮ ਦਾ ਚਾਉ ਉਚਾਰਨ ਕਰੋ ਭਾਈ। ਆਠ ਪਹਿਰ ਗੁਣ ਗਾਓ, ਆਠ ਪਹਿਰ ਅੱਠੇ ਪਹਿਰ ਭਾਵ ਰਾਤ ਦਿਨ ਚੌਵੀ ਘੰਟੇ ਹੀ ਗੁਣ ਗਾਓ, ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ, ਭਾਵ ਰਾਤ ਦਿਨ 'ਚ ਕੋਈ ਐਸਾ ਸਮਾਂ ਨਾ ਆਵੇ ਜਦੋਂ ਪਰਮੇਸ਼ੁਰ ਤੋਂ ਬੇਮੁੱਖ ਹੋ ਜਾਈਏ, ਵੀ ਆਖੀਏ ਵੀ ਮੈਂ ਕੀਤਾ ਆ, ਆਹ ਮੈਂ ਕਰਦਾ। ਕਹਿੰਦੇ ਨਹੀਂ, ਉਹਦੇ ਹੀ ਗੁਣ ਗਾਓ, ਵੀ ਮਾਲਕਾ ਸਭ ਕੁਝ ਤੂੰ ਹੀ ਕਰਦਾ ਹੈ। ਨਾਨਕ ਦਰਗਹ ਮੰਨੀ ਹੈ, ਨਾਨਕ ਦਰਗਹ ਮੰਨੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਇੱਦਾਂ ਜੇ ਤੁਸੀਂ ਨਾਮ ਜਪੋਗੇ ਨਾ, ਗੁਣ ਗਾਓਗੇ ਵਾਹਿਗੁਰੂ ਦੇ ਅੱਠੇ ਪੈਰ, ਤਾਂ ਵਾਹਿਗੁਰੂ ਦੀ ਦਰਗਾਹ ਵਿੱਚ ਮੰਨੀਏ ਮੰਨੇ ਸਤਿਕਾਰੇ ਜਾਓਗੇ, ਆਦਰ ਮਿਲੂਗਾ ਮਾਲਕ ਦੇ ਪਾਸੋਂ। ਮਿਲੀ ਨਿਥਾਵੇ ਥਾਂ, ਤੇ ਜਿਹੜੇ ਸਰੂਪ ਰੂਪੀ ਥਾਂ ਤੋਂ ਨਿਥਾਵੇ ਨੇ, ਹੀਣੇ ਨੇ, ਉਹਨਾਂ ਨੂੰ ਸੱਚਖੰਡ ਰੂਪੀ ਸਰੂਪ ਰੂਪੀ ਥਾਂ ਮਿਲੀ ਮਿਲ ਜਾਵੇਗੀ। ਜਾਂ ਮਿਲੀ ਨਿਥਾਵੇ ਥਾਓ, ਜਿਹੜੇ ਧੱਕੇ ਖਾਂਦੇ ਨੇ ਜੂਨਾਂ ਦੇ ਵਿੱਚ, ਇਹ ਸਮਝ ਲਓ ਨਿਥਾਵਾਂਪਣ ਹੈ। ਅਤੇ ਜਿਹੜਾ ਮਾਲਕ 'ਚ ਟਿਕ ਜਾਣਾ ਹੈ, ਜੂਨਾਂ ਤੋਂ ਰਹਿਤ ਹੋਣਾ, ਇਹ ਥਾਂ ਵਾਲੇ ਹੋ ਜਾਣਾ ਹੈ। ਇਸ ਤਰ੍ਹਾਂ ਜਿਹੜੇ ਨਿਥਾਵੇਂ ਨੇ ਉਹਨਾਂ ਨੂੰ ਥਾਂ ਮਿਲ ਜਾਂਦੀ ਹੈ। ਪੌੜੀ ਬਾਹਰ ਭੇਖ ਨਾ ਪਾਈ, ਬਾਹਰੋਂ ਸਰੀਰ ਅਤੇ ਭੇਖ ਅਨੇਕਾਂ ਕਰ ਲਈਦੇ ਨੇ ਧਰਮ ਦੇ, ਪਰ ਇਹਨਾਂ ਭੇਖਾਂ ਦੇ ਨਾਲ ਪਰਮੇਸ਼ਰ ਨਹੀਂ ਪਾਈਦਾ। ਪ੍ਰਭ ਅੰਤਰ ਜਾਮੀ, ਕਿਉਂਕਿ ਭੇਖਾਂ ਦੇ ਨਾਲ ਲੋਕ ਭੁੱਲ ਭੁਲੇਖਾ ਖਾ ਜਾਂਦੇ ਨੇ, ਵੀ ਬੜਾ ਸਾਧੂ ਮਹਾਤਮਾ ਜਾਪਦਾ ਏ, ਪਰ ਉਹ ਪਰਮੇਸ਼ੁਰ ਨਹੀਂ ਭੁੱਲਦਾ, ਕਿਉਂਕਿ ਉਹਦੇ ਅੰਦਰ ਦੀ ਜਾਣਨ ਵਾਲਾ, ਉਹਦੇ ਅੰਦਰ ਦੀ ਵੇਖਦਾ ਵੀ ਇਹਨੇ ਪਾਇਆ ਹੈ ਠੀਕ ਹੈ ਧਰਮ ਵਾਲਾ, ਬਾਹਰੋਂ ਜਿਹੜਾ ਲਿਬਾਸ ਹੈ ਆਪਣੇ ਉੱਪਰ ਧਰਮ ਵਾਲਾ ਪੜਦਾ ਪਾਇਆ ਵੀ ਮੈਂ ਧਰਮੀ ਹਾਂ, ਪਰ ਸਾਹਿਬ ਜੀ ਕਹਿੰਦੇ ਰੱਬ ਜਾਣਦਾ ਵੀ ਅਸਲ 'ਚ ਧਰਮੀ ਹੈ ਜਾਂ ਨਹੀਂ, ਅੰਦਰ ਦੀ ਗੱਲ ਵੇਖਦਾ ਹੈ। ਐਸਾ ਨਹੀਂ ਹੈ ਵੀ ਸਰੂਪ ਸਿੱਖੀ ਦਾ ਹੋਵੇ, ਸੌਦਾ ਘੱਟ ਤੋਲੇ, ਮਾੜਾ ਦਵੇ, ਚੋਰੀ ਕਰੇ, ਠੱਗੀ ਮਾਰੇ, ਫਰੇਬ ਕਰੇ, ਝੂਠ ਬੋਲੇ, ਦਗਾ ਕਰੇ, ਮਹਾਰਾਜ ਸਾਹਿਬ ਤੋਂ ਬੇਮੁੱਖ ਹੋਵੇ, ਬਾਣੀ ਨਾ ਪੜ੍ਹੇ, ਨਾਮ ਨਾ ਜਪੇ, ਨਿੰਦਾ ਕਰੇ, ਤਾਂ ਫੇਰ ਨਹੀਂ ਮਾਲਕ ਖੁਸ਼ ਹੁੰਦਾ। ਇਹ ਧਰਮ ਦਾ ਜੋ ਹੈ ਨਾ, ਫਿਰ ਤਾਂ ਗੁਰੂ ਨਾਨਕ ਸਾਹਿਬ ਵਾਂਗੂ ਫਿਰ ਬਰਾਬਰ ਦਾ ਤੋਲ ਕੇ ਦੇਣਾ ਪਊ। ਸਾਡੀ ਆਦਤ ਕੀ, ਹਰ ਇੱਕ ਚੀਜ਼ ਅਸੀਂ ਕਹਿੰਦੇ ਵੀ ਸਾਨੂੰ ਫਾਇਦਾ ਹੋ ਜਾਵੇ, ਦੁੱਧ ਵੇਚਣ ਵਾਲਾ ਕਹਿੰਦਾ ਵੀ ਦੁੱਧ ਪਾਣੀ ਵੀ ਦੁੱਧ ਦੇ ਭਾਅ ਵਿਕ ਜਾਵੇ, ਲੈਣ ਵਾਲਾ ਕਹਿੰਦਾ ਵੀ ਮੈਂ ਕਿਵੇਂ ਦਾਲ ਆ ਕੇ ਤੋਂ ਥੋੜ੍ਹੀ ਚੀਜ਼ ਵਾਧੂ ਲੈ ਜਾਵਾਂ, ਸੌਦੇ ਵਾਲਾ ਕਹਿੰਦਾ ਘੱਟ ਤੋਲਾਂ ਮਾੜਾ ਦੇਵਾਂ, ਇਸ ਤਰ੍ਹਾਂ ਦੀ ਰੁਚੀ ਹੈ ਲੋਕਾਂ ਦੀ। ਸੋ ਕਈ ਇਹਦੇ ਦ੍ਰਿਸ਼ਟਾਂਤ ਦਿੱਤੇ ਜਾ ਸਕਦੇ ਆ, ਨਿੱਜੀ ਅਨੁਭਵ ਵੀ ਹੈ ਕਈ ਚੀਜ਼ਾਂ ਦਾ, ਪਰ ਸਮਾਂ ਇੰਨਾ ਨਹੀਂ ਹੈ। ਕਹਿਣ ਤੋਂ ਭਾਵ ਇਹ ਵੀ ਰੱਬ ਬਾਹਰ ਧਰਮ ਦਾ ਜੇ ਵਿਖਾਵਾ ਕਰਾਂਗੇ ਤਾਂ ਭੁਲੇਖਾ ਨਾ ਰਹੇ ਵੀ ਪਰਮੇਸ਼ੁਰ ਖੁਸ਼ ਹੋਊਗਾ, ਮਾਲਕ ਅੰਤਰਜਾਮੀ ਹੈ, ਉਹ ਨਹੀਂ ਭੇਖਾਂ ਦੇ ਨਾਲ ਮਿਲਦਾ। ਇੱਕ ਸਿੱਖ ਹਰ ਪਰਮੇਸ਼ੁਰ ਜੀ ਦੇ ਮਿਲਾਪ ਤੋਂ ਬਾਹਰੀ ਬਗੈਰ, ਸਭ ਫਿਰੈ ਨਿਕਾਮੀ, ਸਭ ਫਿਰੈ ਨਿਕਾਮੀ, ਨਿਕਾਮੀ ਤੋਂ ਭਾਵ ਨਿਕੰਮੀ, ਕਿਸੇ ਕੰਮ ਦੀ ਨਹੀਂ ਸ੍ਰਿਸ਼ਟੀ, ਸਭ ਸਾਰੀ ਦੁਨੀਆ ਹੀ ਨਿਕੰਮੀ ਵਿਅਰਥ ਹੀ ਤੁਰੀ ਫਿਰੇ ਫਿਰਦੀ ਹੈ ਮਾਲਕ ਦੇ ਮਿਲਾਪ ਬਗੈਰ। ਮਨ ਰਤਾ ਕੁਟੰਬ ਸਿਓ, ਜਿਨ੍ਹਾਂ ਦਾ ਮਨ ਕੇਵਲ ਤੇ ਕੇਵਲ ਆਪਣੇ ਕੁਟੰਬ ਇਸਤਰੀ ਤੋਂ ਵਧੇ ਪਰਿਵਾਰ ਨਾਲ ਉਹਦੇ ਮੋਹ ਵਿੱਚ ਹੀ ਰੰਗਿਆ ਰਹਿੰਦਾ ਹੈ। ਨਿਤ ਗਰਭ ਫਿਰਾਮੀ, ਉਹ ਨਿਤਾ ਪ੍ਰਤੀ ਰੋਜ਼ ਹੀ ਨਿਤ ਚੜ੍ਹਦੇ ਨਵੇਂ ਦਿਨ ਦੇ ਨਾਲ ਗਰਭ ਹੰਕਾਰ 'ਚ ਹੀ ਆਫਰੇ ਫਿਰਾਮੀ ਫਿਰਦੇ ਨੇ, ਉਹਨਾਂ ਨੂੰ ਆਪਣਾ ਹੀ ਹੰਕਾਰ ਹੈ। ਕਹਿੰਦੇ ਅਸੀਂ ਗ੍ਰਿਸਤੀ ਹੁੰਦੇ ਹਾਂ, ਕੋਈ ਗ੍ਰਿਸਤ ਦੇ ਤਿਆਗ ਦਾ ਹੰਕਾਰ ਚੱਕੀ ਫਿਰਦਾ ਏ, ਕੋਈ ਆਪਣੇ ਗ੍ਰਿਸਤਪੁਣੇ ਦਾ ਹੰਕਾਰ ਚੱਕੀ ਫਿਰਦਾ ਹੈ। ਫਿਰ ਹੈ ਗੁਮਾਨੀ ਜਗ ਮਹਿ, ਜੀਵ ਜਗ ਦੇ ਵਿੱਚ ਸੰਸਾਰ ਦੇ ਵਿੱਚ ਗੁਮਾਨੀ ਹੰਕਾਰੀ ਹੋਏ ਫਿਰਦੇ ਹਨ। ਕਿਆ ਗਰਬ ਹੈ ਦਾਮੀ, ਜਿਨ੍ਹਾਂ ਦਾਮੀ ਦਾਮ ਰੁਪਇਆਂ ਕਰਕੇ ਗਰਬੇ ਹੰਕਾਰ ਕਰਦੇ ਨੇ, ਉਹ ਰੁਪਏ ਮਹਾਰਾਜ ਕਹਿੰਦੇ ਕਿਆ ਕੀ ਹਨ ਤੋਸ਼ੀ ਨੇ ਨਾ, ਉਹ ਮਾਇਆ ਖਸਮ ਮਰੈ ਤੋ ਨਾਰ ਨਾ ਰੋਵੈ ਉਸ ਰਖਵਾਰਾ ਔਰ ਹੋਵੇ। ਉਹ ਨਾਰ ਮਾਇਆ ਇਸਤਰੀ ਨਹੀਂ ਰੋਂਦੀ ਉਹਦਾ ਜੇ ਮਾਲਕ ਮਰੇ, ਉਹ ਕਿਸੇ ਹੋਰ ਦੀ ਬਣ ਜਾਂਦੀ ਹੈ, ਸੋ ਇਸ ਕਰਕੇ ਉਹਨੂੰ ਕੋਈ ਹੋਰ ਸਾਂਭ ਲੈਂਦਾ ਏ।
ਤੇ ਸਤਿਗੁਰੂ ਮਹਾਰਾਜ ਕਹਿੰਦੇ ਵੀ ਕਾਹਦਾ ਹੰਕਾਰ ਕਰਦੇ ਜਾਂ ਦੂਜਾ ਭਾਵ ਕਿਆ ਗਰਭ ਹੈ ਦਾਮੀ ਵੀ ਪਦਾਰਥਾਂ ਦਮੜਿਆਂ ਕਰਕੇ ਕਾਹਦੇ ਲਈ ਹੰਕਾਰ ਕਰਦੇ ਹਨ ਜੀਵ ਚੱਲਦਿਆ ਨਾਲ ਨਾ ਚੱਲਈ। ਇਹ ਵੇਖੋ ਵੀ ਜਦੋਂ ਸਰੀਰ ਛੱਡ ਕੇ ਪਰਲੋਕ ਨੂੰ ਚਲੇ ਜਾਣਾ ਹੈ ਨਾ, ਜੋ ਨਿਯਮ ਹੈ ਜੋ ਮਰਿਆਦਾ ਹੈ ਅਟਲ ਮਰਿਆਦਾ ਹੈ, ਪੜ੍ਹੇ ਲਿਖੇ ਤੋਂ ਲੈ ਕੇ ਅਨਪੜ੍ਹ ਤੀਕਰ, ਤਗੜੇ ਤੋਂ ਲੈ ਕੇ ਮਾੜੇ ਤੀਕਰ, ਹਰ ਇੱਕ ਬੰਦਾ ਜਿਹੜਾ ਹੈ ਗਰੀਬ ਤੋਂ ਲੈ ਕੇ ਅਮੀਰ ਤੀਕਰ ਸਭ ਨੂੰ ਜਾਣਾ ਪੈਂਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਜਿਹੜੀ ਚੱਲਦਿਆਂ ਹੋਇਆਂ ਮਾਇਆ ਜਿਹੜੇ ਪਦਾਰਥ ਨਾਲ ਸਾਥ ਨਹੀਂ ਚੱਲਦੇ, ਜਿਹੜੇ ਨਾਲ ਸਾਥ ਦਿੰਦੇ ਨਹੀਂ ਹਨ, ਖਿੰਨ ਜਾਏ ਬਿਲਾਮੀ, ਖਿੰਨ ਸ਼ੇਰ ਮਾਤਰ ਸਮੇਂ ਜੀ ਬਿਲਾਮੀ ਨਾਸ ਹੋ ਜਾਂਦੇ ਨੇ, ਜਾਂ ਬਿਲਾਮੀ ਨਾਮ ਹੈ ਵੀ ਬਿਲਮ ਨਹੀਂ ਲੱਗਦਾ, ਥੋੜ੍ਹੀ ਦੇਰ ਦੇ ਵਿੱਚ ਹੀ ਚਲੇ ਜਾਂਦੇ ਨੇ, ਨਾਸ ਹੋ ਜਾਂਦੇ ਹਨ। ਵਿਚਰਦੇ ਫਿਰ ਹੈ ਸੰਸਾਰ ਮਹਿ, ਪਰ ਉਹ ਹੰਕਾਰੀ ਜੀਵ ਜਿਹੜੇ ਮਾਇਆ ਦਾ ਹੰਕਾਰ ਕਰਦੇ ਨੇ ਨਾ, ਪਦਾਰਥਾਂ ਦਾ ਹੰਕਾਰ ਕਰਦੇ ਨੇ ਗੁਮਾਨ, ਉਹ ਜਗਤ ਦੀਆਂ ਅਨੇਕਾਂ ਹੀ ਜੂਨਾਂ ਦੇ ਵਿੱਚ ਵਿਚਰਦੇ ਭਟਕਦੇ ਫਿਰਦੇ ਧੱਕੇ ਖਾਂਦੇ ਫਿਰਦੇ ਹਨ, ਜਾਂ ਵਿਚਰਦੇ ਫਿਰ ਸੰਸਾਰ ਮਹਿ। ਕਹਿੰਦੇ ਵੀ ਸਾਰੇ ਜੀਵ ਜਗਤ ਦੇ ਵਿੱਚ ਤੁਰੇ ਫਿਰਦੇ ਹਨ, ਕਿਵੇਂ ਤੁਰੇ ਫਿਰਦੇ ਨੇ? ਹਰ ਜੀ ਹੁਕਾਮੀ, ਹਰੀ ਪਰਮੇਸ਼ਰ ਜੀ ਦਾ ਹੁਕਾਮੀ ਹੁਕਮ ਹੀ ਇਸੇ ਪ੍ਰਕਾਰ ਹੈ ਵੀ ਜਿਹੜੇ ਪਾਪੀ ਨੇ ਉਹਨਾਂ ਨੂੰ ਪਾਪਾਂ ਦਾ ਹੀ ਫਲ ਮਿਲੇ, ਹੁਣ ਧੱਕੇ ਖਾਣ ਇਹ ਲੋਕ। ਕਰਮ ਖੁੱਲਾ ਗੁਰ ਪਾਇਆ, ਜਿਹਨਾਂ ਦਾ ਕੋਈ ਪੂਰਵਲਾ ਚੰਗਾ ਕੀਤਾ ਹੋਇਆ ਕਰਮ ਖੁੱਲ ਗਿਆ ਹੈ। ਕਰਮ ਖੁੱਲਣਾ, ਬੀਜ ਉਂਕਰ ਜਾਗਣਾ, ਭਾਗ ਅੱਗੇ ਆ ਜਾਣੇ, ਬਖਸ਼ਿਸ਼ ਦਾ ਦਰਵਾਜ਼ਾ ਖੁੱਲ੍ਹ ਜਾਣਾ, ਜਿਨ੍ਹਾਂ ਦੇ ਕਰਮ ਬਖਸ਼ਿਸ਼ ਦਾ ਨਾਮ ਹੀ ਹੈ, ਵੀ ਬਖਸ਼ਿਸ਼ ਦਾ ਦਰਵਾਜ਼ਾ ਜਿਨ੍ਹਾਂ ਦਾ ਖੁੱਲ੍ਹ ਗਿਆ ਗੁਰ ਪਾਇਆ, ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦੀ ਸੰਗਤ ਨੂੰ ਪਾਉਣਾ ਕੀਤਾ ਹੈ। ਹਾਰ ਮਿਲਿਆ ਸੁਆਮੀ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਆਰਾ ਸੁਆਮੀ ਮਾਲਕ ਉਹਨਾਂ ਨੂੰ ਆ ਕੇ ਮਿਲਿਆ ਏ। ਜੋ ਜਨ ਹਰ ਕਾ ਸੇਵਕ, ਜਿਹੜਾ ਵੀ ਜਨ ਪੁਰਖ ਹਰੀ ਪਰਮੇਸ਼ਰ ਦਾ ਸੇਵਕ ਉਹ ਦਾਸ ਬਣ ਜਾਂਦਾ ਹੈ ਨਾ, ਰੱਬ ਦਾ ਨਿਮਾਣਾ ਜਿਹਾ ਜੀਵ, ਨਿਮਾਣਾ ਜਿਹਾ ਸੇਵਕ ਬਣ ਕੇ ਰਹਿੰਦਾ ਹੈ। ਹਰ ਤਿਸ ਕੀ ਕਾਮੀ, ਕਹਿੰਦੇ ਵੀ ਹਰੀ ਪਰਮੇਸ਼ਰ ਉਸਦੀ ਸਾਰੀ ਕਾਮੀ ਕਾਮਨਾ ਪੂਰੀ ਕਰ ਦਿੰਦਾ, ਹਰੀ ਉਹਦੇ ਸਾਰੇ ਕੰਮ ਆਪ ਸਵਾਰਦਾ ਏ। ਦੱਖਣੇ ਮਹੱਲਾ ਪੰਜਵਾ, ਮੁਖ ਹੋ ਅਲਾਏ ਹਾਪ ਮਰਣਾ, ਗੁਰੂ ਅਰਜਨ ਦੇਵ ਮਹਾਰਾਜ ਦੱਖਣਾ ਉਚਾਰਦੇ ਨੇ ਵੀ ਮੁਖੋਂ ਮੂੰਹ ਉਤੋਂ ਉਤੋਂ ਦਾ ਨਾ ਅਲਾਏ ਅਲਾਉਂਦੇ ਨੇ ਹੱਬ ਸਾਰੇ ਹੀ, ਕੀ ਵੀ ਮਰਨ ਵੀ ਮਾਰੀ ਜਾਣਾ, ਹਰ ਕੋਈ ਕਹਿੰਦਾ ਵੀ ਕਿਹੜਾ ਇੱਥੇ ਬੈਠੇ ਰਹਿਣਾ ਹੈ, ਵੀ ਮਰਨਾ ਹੀ ਹੈ, ਸਭ ਨੇ ਮਰ ਜਾਣਾ ਹੈ, ਸਭ ਨੇ ਚਲੇ ਜਾਣਾ, ਉੱਤੋਂ ਉੱਤੋਂ ਦਾ ਇਹ ਗੱਲ ਸਾਰੇ ਕਹਿੰਦੇ ਹਨ। ਪਛਾਣੰਦੋ ਕੋਈ, ਪਰ ਮਰਨੋਂ ਕੋਈ ਵਿਰਲਾ ਹੀ ਪਛਾਣੰਦੋ ਪਛਾਣਦਾ ਸਮਝਦਾ ਹੈ, ਭਾਵ ਸਾਰੇ ਇਹੀ ਕਹਿੰਦੇ ਰਹਿੰਦੇ ਨੇ ਵੀ ਚਲਿਆ ਹੀ ਜਾਣਾ ਹੈ, ਹੋਰਾਂ ਨੂੰ ਜਾਂਦਿਆਂ ਵੇਖ ਕੇ ਕਹਿੰਦੇ ਵੀ ਮੌਤ ਦਿਖਦੀ ਹੈ ਵੀ ਮਾਰੀ ਜਾਣਾ ਹੈ ਸਰੀਰ ਕਰਕੇ ਤਾਂ, ਪਰ ਅਸਲ ਵਿੱਚ ਜਿਹੜਾ ਮਰਨਾ ਹੈ ਨਾ, ਵੀ ਜਗਤ ਵਿੱਚ ਰਹਿੰਦਿਆਂ ਹੋਮੇ ਛੱਡ ਦੇਣੀ, ਆਪਣੀ ਹੋਂਦ ਛੱਡ ਦੇਣੀ, ਮੁਰਦਾ ਹੋਏ ਮਰੀਦ ਨਾਲ ਗੱਲੀ ਹੋਣਾ, ਮੁਰਦਾ ਬਣ ਜਾਣਾ ਐਸਾ ਮਰੀਦ ਹੋਵੇ, ਉਹ ਕਹਿੰਦੇ ਵੀ ਪਛਾਣੰਦੋ ਕੋਏ, ਕੋਈ ਵਿਰਲਾ ਹੀ ਪਛਾਣਦਾ, ਭਾਵ ਕੋਈ ਵਿਰਲੇ ਵਿਰਲੇ ਹੀ ਨੇ ਜਿਹੜੇ ਜੀਵਤ ਭਾਵ ਤੋਂ ਮਰਦੇ ਨੇ, ਉਹ ਮਰਨਾ ਮਰਨਾ ਤੇ ਸਾਰੇ ਕਹੀ ਜਾਂਦੇ ਹਨ। ਪਛਾਣੰਦੋ ਕੋਏ, ਮਹਾਰਾਜ ਸਾਹਿਬ ਜੀ ਕਹਿੰਦੇ ਪਛਾਣੰਦੋ ਕੋਏ, ਜਿਹੜੇ ਜੀਵਤ ਭਾਵ ਤੋਂ ਮਰ ਜਾਂਦੇ ਨੇ ਉਹ ਕੋਈ ਆਪਣੇ ਆਪ ਨੂੰ ਪਛਾਣਨਾ ਕਰਦੇ ਨੇ ਵੀ ਮਨ ਤੂੰ ਜੋਤ ਸਰੂਪ ਹੈ, ਜਾਂ ਕੋਈ ਵਿਰਲਾ ਹੀ ਇਸ ਗੱਲ ਨੂੰ ਮਰਨ ਨੂੰ ਜੀਵਨ ਮੁਕਤੀ ਦੀ ਜਿਹੜੀ ਜੁਗਤ ਹੈ ਉਹਨੂੰ ਕੋਈ ਵਿਰਲਾ ਹੀ ਸਮਝਦਾ ਹੈ, ਪਛਾਣਦਾ ਹੈ, ਜਾਣਦਾ ਏ। ਨਾਨਕ ਤਿਨਾ ਖਾਕ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਅਸੀਂ ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਖਾਕ ਬਣਦੇ ਹਾਂ, ਭਾਈ ਚਰਨਾਂ ਦੀ ਧੂੜੀ ਲੋਚਦੇ ਹਾਂ। ਜਿਨ੍ਹਾਂ ਯਕੀਨਾ ਹਿੱਕ ਸਿਓ, ਜਿਨ੍ਹਾਂ ਯਕੀਨਾ ਹਿੱਕ ਸਿਓ, ਇਵੇਂ ਜਿਵੇਂ ਉਚਾਰਨ ਹੋਇਆ ਨਾ, ਯਕੀਨਾ ਜੱਜੇ ਦੇ ਜਈਏ ਜੇ ਫਰਕ ਹੈ, ਜਿੰਨਾ ਜੱਜੇ ਦੇ ਨਾਲ ਹੋ ਗਿਆ ਯਕੀਨਾ ਜਈਆ ਜਈਏ ਦਾ ਉਚਾਰਨ, ਕਈ ਯਕੀਨਾਂ ਹੀ ਪੜ੍ਹਨਗੇ ਇਹਨੂੰ, ਯਕੀਨਾਂ ਤਾਂ ਹੈ ਜੇ ਜੱਜਾ ਹੁੰਦਾ ਇੱਥੇ ਫਿਰ ਯਕੀਨਾਂ ਸੀ, ਪਰ ਜਈਆ ਯਕੀਨਾ ਹਿੱਕ ਸਿਓ। ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦਾ ਹਿੱਕ ਇੱਕ ਪਰਮੇਸ਼ੁਰ ਸਿਓ ਹੁੰਦਾ ਨਾਲ ਜਾਂ ਉੱਪਰ, ਯਕੀਨਾ ਯਕੀਨ ਹੈ ਨਾ ਭਰੋਸਾ ਇੱਕ ਰੱਬ ਤੇ ਵੀ ਸਭ ਕੁਝ ਮਾਲਕ ਹੀ ਹੈ, ਉਹਨਾਂ ਦੇ ਚਰਨਾਂ ਦੀ ਧੂੜੀ ਲੋਚਦੇ ਹਾਂ। ਮਹੱਲਾ ਪੰਜਵਾ, ਜਾਣ ਵਸੰਦੋ ਮੰਜ, ਪੰਜਵੇਂ ਸਤਿਗੁਰੂ ਕਹਿੰਦੇ ਵੀ ਇਹ ਜਾਣਨਾ ਕਰੋ ਵੀ ਉਹ ਪ੍ਰਭੂ ਜੋ ਹੈ ਨਾ ਸਾਰਿਆਂ ਦੇ ਹਿਰਦਿਆਂ ਦੇ ਮੰਝ ਵਿੱਚ ਹੀ ਵਸੰਦੋ ਵੱਸ ਰਿਹਾ ਹੈ,
ਸਾਡੇ ਹਿਰਦੇ ਦੇ ਵਿੱਚ ਵੀ ਵੱਸਦਾ ਇਵੇਂ ਜਾਣਨਾ ਕਰੋ ਪਛਾਣੋ, ਜਾਂ ਕਹਿੰਦੇ ਇਸ ਗੱਲ ਨੂੰ ਤਾਂ ਸਾਰੇ ਹੀ ਜਾਣਦੇ ਨੇ, ਕੋਈ ਧਰਮ ਗ੍ਰੰਥਾਂ ਤੋਂ ਪੜ੍ਹ ਕੇ, ਕੋਈ ਵਿਦਵਾਨਾਂ ਕੋਲ ਸੁਣ ਕੇ, ਇਹ ਤਾਂ ਪਤਾ ਲੱਗਦਾ ਹੀ ਹੈ ਵੀ ਸਾਰਿਆਂ ਦੇ ਵਿੱਚ ਪਰਮੇਸ਼ੁਰ ਵੱਸਦਾ ਹੈ। ਪਛਾਣੋ ਕੋ ਹੇ ਕੜੋ, ਪਛਾਣੋ ਕੋ ਹੇ ਕੜੋ, ਪਰ ਉਸਦਾ ਪਛਾਣੋ ਪਛਾਣ ਕਰਨ ਵਾਲਾ ਕੋਈ ਹੇ ਕੜੋ ਹੁੰਦਾ ਵੀ ਇੱਕ ਅੱਧਾ ਕੋਈ ਵਿਰਲਾ ਟਾਵਾਂ ਹੀ ਹੈ ਜਿਹੜਾ ਅਸਲ 'ਚ ਜਾਣੇ ਵੀ ਜੋਤ ਬਲ ਰਹੀ ਹੈ। ਉਹ ਸਮਝ ਤਾਂ ਇੰਨੀ ਕੁ ਸਾਰਿਆਂ ਨੂੰ ਹੀ ਆਉਂਦੀ ਹੈ ਵੀ ਰੱਬ ਵੱਸਦਾ, ਵੀ ਰੱਬ ਵੱਸਦਾ ਕਿੱਥੇ, ਸਾਰਿਆਂ 'ਚ ਹੀ ਵੱਸਦਾ ਵੀ ਵੇਖੋ ਮਹਾਰਾਜ ਕਹਿੰਦੇ, ਪਰ ਇਸ ਗੱਲ ਨੂੰ ਭਰੋਸਾ ਕਰਕੇ ਪਛਾਣਦਾ ਕੋਈ ਵਿਰਲਾ ਹੀ ਹੈ। ਤੈ ਤਨ ਪੜਦਾ ਨਾਹੀ, ਸਾਹਿਬ ਕਹਿੰਦੇ ਤੈ ਉਹਨਾਂ ਦੇ ਤਨ ਸਰੀਰ ਦੇ ਅੰਦਰ ਵਾਹਿਗੁਰੂ ਦੇ ਸਰੂਪ ਵੱਲੋਂ ਕੋਈ ਪੜਦਾ ਨਹੀਂ ਹੈ, ਕੋਈ ਵਿੱਚ ਨਹੀਂ ਰਹਿ ਜਾਂਦੀ। ਨਾਨਕ ਜੈ ਗੁਰ ਭੇਟਿਆ, ਸਾਹਿਬ ਕਹਿੰਦੇ ਵੀ ਜੈ ਜਿਨ੍ਹਾਂ ਨੂੰ ਗੁਰੂ ਭੇਟਿਆ ਮਿਲਿਆ ਹੈ, ਜਿਨ੍ਹਾਂ ਨੂੰ ਗੁਰਾਂ ਦੀ ਸੰਗਤ ਮਿਲੀ ਹੈ, ਉਹਨਾਂ ਦਾ ਪਰਮੇਸ਼ੁਰ ਨਾਲੋਂ ਕੋਈ ਪੜਦਾ ਨਹੀਂ ਹੈ। ਜਾਂ ਮਹਾਰਾਜ ਕਹਿੰਦੇ ਵੀ ਉਹਨਾਂ ਦੇ ਸੂਖਮ ਸਰੀਰ ਅੰਤੇ ਕਰਨ 'ਚ ਅਗਿਆਨਤਾ ਦਾ ਕੋਈ ਪੜਦਾ ਨਹੀਂ, ਉਹ ਵਾਹਿਗੁਰੂ ਨੂੰ ਵੇਖ ਲੈਂਦੇ ਨੇ ਜੋ ਗੁਰਾਂ ਨੂੰ ਮਿਲੇ ਹਨ। ਮਹੱਲਾ ਪੰਜਵਾਂ, ਮਤੜੀ ਕਾਂਡਕ ਆਹ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਮਤੜੀ ਕਾਂਡਕ ਆਹ, ਆਹ ਨਾਮ ਸਾਧ ਸੰਗਤ ਹਨ ਦਾ ਵੀ ਹੈ ਅਤੇ ਆਹ ਨਾਮ ਚਾਹੁਣ ਦਾ ਵੀ ਹੈ। ਪਹਿਲਾਂ ਹਨ ਦੇ ਨਾਲ ਅਰਥ ਹੈ ਵੀ ਮਤੜੀ ਕਾਂਡਕ ਆਹ, ਕਹਿੰਦੇ ਵੀ ਜੋ ਸੰਤ ਨੇ ਨਾ ਉਹ ਕੀ ਕਰਦੇ ਵੀ ਸ੍ਰੇਸ਼ਟ ਜੋ ਮਤੜੀ ਮਤ ਹੈ ਉਹਨੂੰ ਕਾਂਡਕ ਕੱਢਣਾ ਕਰਦੇ ਨੇ, ਭਾਵ ਕਿ ਸ੍ਰੇਸ਼ਟ ਮਤ ਨੂੰ ਪ੍ਰਗਟ ਕਰਦੇ। ਮਤ ਸਾਰੇ ਅੰਦਰ ਹੀ ਦੋ ਤਰ੍ਹਾਂ ਦੀ ਹੈ, ਇੱਕ ਵਿਸ਼ੇ ਵਿਛੈਣੀ ਅਤੇ ਇੱਕ ਆਤਮ ਵਿਛੈਣੀ, ਪਰ ਗੁਪਤ ਹੋਈ ਹੈ ਨਾ। ਅਤੇ ਜਿਹੜੇ ਸੰਤ ਜਨ ਨੇ ਉਹ ਨਾਮ ਦਾ ਅਭਿਆਸ ਕਰਕੇ ਗੁਰਾਂ ਦੀ ਕਿਰਪਾ ਨਾਲ ਸ੍ਰੇਸ਼ਟ ਮਤ ਜਿਹੜੀ ਹੈ ਉਹਨੂੰ ਪ੍ਰਗਟ ਕਰਨ ਵਾਲੇ ਆਹ ਹਨ। ਮਤੜੀ ਕਾਂਡਕ ਆਹ, ਦੂਜੇ ਭਾਵ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਮਤੜੀ ਕਾਂਡਕ ਆਹ, ਆਹ ਨਾਮ ਹੈ ਸਾਧ ਸੰਗਤ ਚਾਹੁਣਾ ਚਾਹੁਣ ਦਾ। ਕਹਿੰਦੇ ਵੀ ਜਿਹੜੇ ਖੋਟੀ ਮਤ ਹੈ ਨਾ ਅੰਦਰ, ਇਹਨੂੰ ਬਾਹਰ ਕੱਢਣ ਵਾਲੇ ਨੇ ਨਾ ਗੁਰੂ ਸਾਹਿਬ ਜੀ ਜਾਂ ਸੰਤ ਮਹਾਤਮਾ, ਉਹਨਾਂ ਨੂੰ ਆਹ ਚਾਹੁਣਾ ਕਰ ਹੇ ਜੀਵ, ਜਿਹੜੇ ਤੇਰੇ ਅੰਦਰੋਂ ਭੈੜੀ ਮਤ ਦੂਰ ਕਰਨ ਵਾਲੇ ਨੇ ਉਹਨਾਂ ਦਾ ਮੇਲ ਮਿਲਾਪ, ਉਹਨਾਂ ਦੀ ਸੰਗਤ ਦੀ ਇੱਛਾ ਰੱਖ। ਭਾਵ ਤੋਂ ਵੰਦੋ ਪੀਰ, ਜਾਂ ਮਤੜੀ ਕਾਂਡਕ ਆਹ ਆਪਣੇ ਦੇ ਵੀ ਲੈਂਦੇ ਨੇ, ਕਹਿੰਦੇ ਵੀ ਜਿਹੜੇ ਮਤ ਦੇ ਮੰਦੀ ਮਤ ਨੂੰ ਕੱਢਣ ਵਾਲੇ ਨੇ ਨਾ, ਮੈਂ ਉਹਨਾਂ ਨੂੰ ਚਾਹੁੰਦਾ ਹਾਂ, ਇਕੱਲਾ ਚਾਹੁੰਦਾ ਹੀ ਨਾ। ਨਾਲ ਕਹਿੰਦੇ ਭਾਵ ਤੋਂ ਵੰਦੋ ਪੀਵਸਾ, ਵੀ ਉਹਨਾਂ ਗੁਰਮੁਖਾਂ ਦੇ ਗੁਰੂ ਸਾਹਿਬ ਦੇ ਚਰਨਾਂ ਨੂੰ ਧੋ ਕੇ ਸੇਵਾ ਕਰਕੇ ਮੈਂ ਪੀਵਸਾ ਪੀਣਾ ਕਰਾਂ, ਜਾਂ ਮੈਂ ਉਹਨਾਂ ਦੇ ਚਰਨ ਧੋ ਕੇ ਪੀਵਾਂਗਾ, ਉਹਨਾਂ ਦੀ ਦਿਲੋਂ ਨਿਮਰਤਾ ਨਾਲ ਸੇਵਾ ਕਰਾਂਗਾ, ਜਿਹੜੇ ਖੋਟੀ ਮਤ ਬੰਦੇ ਦੇ ਅੰਦਰੋਂ ਬਾਹਰ ਕੱਢ ਦਿੰਦੇ ਹਨ ਗੁਰੂ ਸਾਹਿਬ ਜੀ। ਮੂੰਹ ਤਨ ਪ੍ਰੇਮ ਅਥਾਹ, ਕਿਉਂਕਿ ਮੂੰਹ ਮੇਰੇ ਤਨ ਸਰੀਰ ਦੇ ਵਿੱਚ ਵਾਹਿਗੁਰੂ ਦਾ ਅਥਾਹ ਬੇਅੰਤੀ ਪ੍ਰੇਮ ਲੱਗਾ ਹੋਇਆ ਏ, ਪਰ ਖੋਟੀ ਮਤ ਕਰਕੇ ਨਾ ਉਹਦੇ ਦਰਸ਼ਨ ਨਹੀਂ ਹੁੰਦੇ, ਪ੍ਰੇਮ ਤਾਂ ਬਹੁਤਾ ਲੱਗਾ ਹੈ। ਪਸਣ ਕੋ ਸੱਚਾ ਧਣੀ, ਸੱਚਾ ਧਣੀ ਮਾਲਕ ਜਿਹੜਾ ਹੈ ਨਾ ਉਹ ਪਸਣ ਉਹਦੇ ਦਰਸ਼ਨ ਦੇਖਣ ਕੂ ਦੇ ਵਾਸਤੇ, ਉਹਦੇ ਦਰਸ਼ਨ ਦਿਦਾਰਿਆਂ ਦੇ ਕਰਨ ਵਾਸਤੇ ਬਹੁਤ ਹੀ ਅੰਦਰ ਚਾਹਨਾ ਲੱਗੀ ਹੈ, ਪ੍ਰੇਮ ਤਾਂ ਬੜਾ ਲੱਗਾ ਏ, ਪਰ ਦਰਸ਼ਨ ਹੁੰਦੇ ਨਹੀਂ ਹੈ ਖੋਟੀ ਮਤ ਹੋਣ ਕਰਕੇ। ਤਾਹੀਓ ਚਾਹੁੰਦੇ ਹਾਂ ਵੀ ਕੋਈ ਸੰਤ ਖੋਟੀ ਮਤ ਕੱਢ ਦੇਵੇ ਸਾਡੇ ਅੰਦਰੋਂ। ਪੌੜੀ ਨਿਰਭਉ ਨਾਮ ਵਿਸਾਰਿਆ, ਮਹਾਰਾਜ ਕਹਿੰਦੇ ਭਾਈ ਜਿਹੜੇ ਜੀਵ ਸੰਸਾਰ ਦੇ ਵਿੱਚ ਫਸੇ ਨੇ ਨਾ, ਇਹਨਾਂ ਨੇ ਭੈ ਤੋਂ ਕਰਨ ਵਾਲਾ ਨਿਰਭਉ ਸਰੂਪ ਬਣਾਉਣ ਵਾਲਾ ਵਾਹਿਗੁਰੂ ਦਾ ਨਾਮ ਇਹ ਭੁਲਾ ਹੀ ਛੱਡਿਆ, ਇਹ ਰੱਬ ਨੂੰ ਭੁਲਾਇਆ ਹੋਇਆ ਏ, ਨਾਲ ਮਾਇਆ ਰਚਾ, ਮਾਇਆ ਨਾਲ ਹੀ ਰਚ ਮਿਚ ਗਏ ਨੇ, ਇੱਧਰ ਬਹੁਤ ਮਸਤੀ ਹੈ ਪਰ ਸਿਮਰ ਨਹੀਂ ਕਰਦੇ ਜੀਵ। ਆਵੇ ਜਾਏ ਭਵਾਈ, ਇਸੇ ਕਰਕੇ ਮਾਇਆ 'ਚ ਰਚੇ ਮਿਚੇ ਹੋਣ ਕਰਕੇ ਜੀਵਾਂ ਦਾ ਆਉਣਾ ਜਾਂਦਾ ਬਣਿਆ ਰਹਿੰਦਾ ਏ, ਆਉਂਦੇ ਨੇ ਵਾਸ਼ਨਾ ਦੇ ਬੰਦੇ, ਜਾਂਦੇ ਨੇ ਪਰਾਲਬਧ ਪੂਰੀ ਹੋਈ ਤੋਂ ਮਰ ਕੇ। ਬਹੁਤ ਜੋਨੀ ਨੱਚਾ, ਬਹੁਤ ਸਾਰੀਆਂ ਜੂਨਾਂ ਦੇ ਵਿੱਚ ਹੀ ਨੱਚਾ ਨੱਚਦਾ ਫਿਰਦਾ, ਭਾਵ ਭੜਕਦੇ ਫਿਰਦੇ ਧੱਕੇ ਖਾਂਦੇ ਹਨ। ਬਚਨ ਕਰੇ ਤਾ ਖਿਸਕ ਜਾਏ, ਮਾਇਆ ਧਾਰੀ ਮਨੁੱਖ ਜੋ ਵੀ ਬਚਨ ਕਰੇ ਕਰਦਾ ਹੈ ਨਾ ਤੈ ਖਿਸਕ ਜਾਏ, ਉਸੇ ਬਚਨ ਤੋਂ ਖਿਸਕ ਜਾਂਦਾ ਫਿਰ ਜਾਂਦਾ ਮੁੱਕਰ ਜਾਂਦਾ। ਜਿਨ੍ਹਾਂ ਦਾ ਮਾਇਆ ਨਾਲ ਹੀ ਮੋਹ ਹੋਵੇ ਨਾ, ਉਹ ਆਪਣਾ ਵੇਖਦੇ ਨੇ ਵੀ ਜਿੱਥੋਂ ਫਾਇਦਾ ਹੋਵੇ ਉੱਥੇ ਉਹ ਗੱਲ ਕਰਦੇ ਨੇ, ਸੱਚਾਈ ਦੀ ਨਹੀਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਾਂ ਕੋਈ ਜ਼ਬਾਨ ਦੀ, ਜਿਵੇਂ ਕਈ ਪੁਰਾਣੇ ਜਾਂ ਜਿਹੜੇ
ਚੰਗੇ ਸੂਝਵਾਨ ਹੁੰਦੇ ਵੀ ਉਹ ਕਹਿੰਦੇ ਮੇਰੀ ਜ਼ਬਾਨ ਹੈ ਹੁਣ ਮੈਂ ਇੱਥੇ ਅੜਿਆ ਰਵਾਂਗਾ। ਪਰ ਜਿਹੜੇ ਮਾਇਆ ਦੇ ਮੋਹ ਵਾਲੇ ਨੇ ਨਾ, ਉਹ ਸਾਹਿਬ ਕਹਿੰਦੇ ਵੀ ਆਪਣਾ ਕਿਸੇ ਤਰ੍ਹਾਂ ਦਾ ਵੀ ਬਚਨ ਪਾਲਦੇ ਨਹੀਂ ਹੈ, ਬਚਨ ਤੋਂ ਖਿਸਕ ਜਾਂਦੇ ਹਨ, ਮਿਥਿਆਵਾਦੀ ਨੇ, ਮਿਥਿਆ ਭਾਸਦੇ ਨੇ, ਬਹੁਤਾ ਮਿਥਿਆ ਹੀ ਬੋਲਦੇ ਹਨ, ਪਰ ਉਹਦੇ ਉੱਤੇ ਦ੍ਰਿੜਤਾ ਨਾਲ ਪਹਿਰਾ ਨਹੀਂ ਦਿੰਦੇ। ਬੋਲੇ ਸਭ ਕੱਚਾ, ਜੋ ਵੀ ਬੋਲਦਾ ਹੈ ਨਾ ਮਾਇਆਧਾਰੀ, ਉਹ ਸਾਰਾ ਕੱਚਾ ਕਚਿਆਈ ਵਾਲਾ ਝੂਠਾ ਹੀ ਬਚਨ ਬੋਲਦਾ ਹੈ। ਅੰਦਰ ਹੋ ਥੋਥਾ ਕੂੜਿਆਰ, ਮਹਾਰਾਜ ਕਹਿੰਦੇ ਉਹ ਝੂਠਾ ਜੀਵ ਅੰਦਰੋਂ ਹਿਰਦੇ ਦੇ ਵਿੱਚੋਂ ਥੋਥਾ ਹੈ। ਥੋਥਾ ਕੀ ਹੁੰਦਾ? ਖਾਲੀ ਹੈ। ਕਿਦੋਂ? ਕੂੜਿਆਰ, ਝੂਠ ਕਰਕੇ ਮਾੜੀ ਨੀਤ ਵਾਲਾ ਹੈ ਅਤੇ ਸ਼ੁਭ ਗੁਣਾਂ ਵੱਲੋਂ ਖਾਲੀ ਹੈ। ਕੂੜੇਦਾਨ ਹੀ ਹੁੰਦਾ ਨਾ, ਜਿਵੇਂ ਉਹਦੇ ਵਿੱਚ ਕੂੜਾ ਹੀ ਭਰਿਆ ਹੁੰਦਾ ਹੈ, ਪਰ ਕੋਈ ਚੰਗੀ ਚੀਜ਼ ਨਹੀਂ ਨਾ ਸੁੱਟਦਾ। ਕੋਈ ਡਸਟਬਿਨ ਰੱਖੇ ਨੇ ਤੁਸੀਂ ਘਰਾਂ 'ਚ, ਉੱਥੇ ਭੈੜੀਆਂ ਚੀਜ਼ਾਂ ਹੀ ਸਿੱਟ ਦੇ ਜੇ। ਇਵੇਂ ਜਿਹੜੇ ਬਚਨ ਕਰਕੇ ਖਿਸਕਣ ਵਾਲੇ ਝੂਠੇ ਜੀਵ ਨੇ, ਉਹ ਮੰਨ ਲਓ ਵੀ ਉਹ ਡਸਟਬਿਨ ਹੀ ਹਨ, ਜਿਹਦੇ ਵਿੱਚ ਕੋਈ ਸ਼ੁਭ ਗੁਣ ਨਹੀਂ ਪਰਮੇਸ਼ਰ ਦਾ ਪ੍ਰਾਪਤ ਹੁੰਦਾ, ਮਾੜੀ ਨੀਅਤ ਹੈ ਉਹਨਾਂ ਦੀ। ਕੂੜੀ ਸਭ ਖੱਚਾ, ਕੂੜੀ ਸਭ ਖੱਚਾ, ਕਹਿੰਦੇ ਉਹਨਾਂ ਦੀਆਂ ਸਾਰੀਆਂ ਕੂੜੀਆਂ ਝੂਠੀਆਂ ਹੀ ਖੱਚਾਂ ਨੇ। ਖੱਚਾਂ ਇੱਦਾਂ ਨਗਰਾਂ ਦੇ ਵਿੱਚ ਪੰਜਾਬੀ ਦੀ ਬੋਲੀ ਦੇ ਵਿੱਚ ਇਵੇਂ ਹੀ ਕਹਿੰਦੇ ਵੀ ਇਹ ਖੱਚਾਂ ਵੱਢਦਾ ਵੇਖ ਜਿਹੜਾ ਵਾਧੂ ਦੀਆਂ ਗੱਲਾਂ ਕਰੇ ਨਾ, ਐਵੇਂ ਝੂਠ ਬੋਲੇ, ਗੱਪਾਂ ਮਾਰੇ ਅਤੇ ਇੱਧਰ ਉੱਧਰ ਦੀਆਂ ਗੱਲਾਂ ਗੰਢੀ ਜਾਵੇ, ਉਹਨੂੰ ਕਹਿੰਦੇ ਵੀ ਇਹ ਖੱਚਰਾ ਹੈ, ਖੱਚਾਂ ਬੜੀਆਂ ਮਾਰਦਾ, ਭਾਵ ਗੱਪੀ ਜੀਵ ਹੈ ਉਹ। ਮਹਾਰਾਜ ਕਹਿੰਦੇ ਝੂਠੀਆਂ ਹੀ ਗੱਪਾਂ ਮਾਰਦਾ ਰਹਿੰਦਾ ਜਿਹੜਾ ਗੁਣਾਂ ਤੋਂ ਖਾਲੀ ਹੈ ਤੇ ਕੂੜਿਆਰ ਹੈ। ਵੈਰ ਕਰੇ ਨਿਰਵੈਰ ਨਾਲ, ਫਿਰ ਐਸੇ ਜਿਹੜੇ ਮਨਮੁਖ ਜੀਵ ਨੇ ਉਹ ਇਕੱਲਾ ਇਹ ਨਹੀਂ ਵੀ ਬੇਮੁਖ ਹੋਏ ਨੇ, ਬੇਮੁਖ ਤਾਂ ਹੋਏ ਨੇ, ਸਗੋਂ ਨਿਰਵੈਰਾਂ ਦੇ ਨਾਲ ਨਾਮ ਜਪਣ ਵਾਲਿਆਂ ਨਾਲ ਅੱਗੇ ਵੱਧ ਕੇ ਵੈਰ ਦੁਸ਼ਮਣੀ ਵੀ ਕਰਦਾ ਹੈ। ਇੱਕ ਤਾਂ ਉਹ ਬੇਮੁਖ ਹੈ, ਫਿਰ ਜਿੱਥੇ ਸਾਧੂ ਮਹਾਤਮਾ ਕੋਈ ਟੱਕਰੇ ਉਹਦੇ ਨਾਲ ਅੜੀਆਂ ਲੈਂਦਾ ਹੈ, ਉਹਦੇ ਨਾਲ ਜਾ ਕਰਕੇ ਵੈਰ ਕਰਦਾ ਹੈ, ਦਿਖਾਉਣ ਦਾ ਯਤਨ ਕਰਦਾ ਵੀ ਕਿਵੇਂ ਨਾ ਕਿਵੇਂ ਇਹਦੇ ਨਾਲ ਇਹਨੂੰ ਦੁੱਖ ਦੇਈਏ, ਇਹਨੂੰ ਪਛਾਣ ਨੂੰ ਧੱਕੀਏ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਵੈਰ ਕਰਦੇ ਨੇ, ਦੁਸ਼ਮਣੀ ਕਰਦੇ ਹਨ। ਝੂਠੇ ਲਾਲਚਾ, ਕੇਵਲ ਝੂਠੇ ਪਦਾਰਥਾਂ ਦੇ ਲੋਭ ਲਾਲਚ ਵਿੱਚ ਫਸੇ ਰਹਿੰਦੇ ਨੇ। ਮਾਰਿਆ ਸੱਚਾ ਪਾਤ ਸਾਹੇ, ਮਾਰਿਆ ਸੱਚਾ ਪਾਤ ਸਾਹੇ, ਐਸਾ ਜਿਹੜਾ ਨਿੰਦਕ ਹੈ ਉਹਨੂੰ ਨਿੰਦਿਆ ਵਾਲਾ ਮਨਮੁਖ ਜਾਣ ਕਰਕੇ ਸੱਚੇ ਪਾਤਸ਼ਾਹ ਨੇ, ਅਕਾਲ ਪੁਰਖ ਨੇ ਗੁਰੂ ਤੋਂ ਬੇਮੁਖ ਜਾਣ ਕੇ ਮਾਰਿਆ, ਜ਼ਮੀਰ ਵੱਲੋਂ ਮਾਰਤੇ ਨੇ। ਉਹ ਮਰਿਆਂ ਦੀ ਗਿਣਤੀ ਵਿੱਚ ਹੀ ਹਨ, ਵਾਹਿਗੁਰੂ ਨੇ ਆਪਣੇ ਵੱਲੋਂ ਮਾਰ ਹੀ ਦਿੱਤੇ। ਜਿਵੇਂ ਕਈ ਸਾਧ ਸੰਗਤ ਬੱਚੇ ਨਾ ਬੜੇ ਮਾਂ ਬਾਪ ਨੂੰ ਤੰਗ ਕਰਦੇ ਨੇ ਅਤੇ ਮਾਂ ਬਾਪ ਰੋਹ ਵਿੱਚ ਆ ਕੇ ਦੁਖੀ ਹੋ ਕੇ ਕਹਿੰਦੇ ਵੀ ਇਹ ਸਾਡੇ ਵੱਲੋਂ ਅੱਜ ਤੋਂ ਮਰ ਗਿਆ, ਭਾਵੇਂ ਉਹ ਤੁਰਿਆ ਹੀ ਫਿਰਦਾ ਹੈ ਨਾ ਜੀਂਦਾ, ਕਹਿੰਦੇ ਵੀ ਸਾਡੇ ਲਈ ਮਰ ਗਿਆ। ਇਵੇਂ ਜਿਵੇਂ ਭਾਵੇਂ ਤੁਰੇ ਫਿਰਦੇ ਨੇ ਨਾ ਜੀਵ, ਪਰ ਜਿਹੜੇ ਗੁਰੂ ਵੱਲੋਂ ਬੇਮੁਖ ਨੇ, ਨਿੰਦਕ ਨੇ, ਉਹ ਪਰਮੇਸ਼ਰ ਨੇ ਆਪਣੇ ਵੱਲੋਂ ਮਾਰ ਹੀ ਦਿੱਤੇ ਨੇ। ਜਿਹੋ ਜਿਹੇ ਮਰੇ ਉਹੋ ਜਿਹੇ ਤੁਰੇ ਫਿਰਦੇ ਹਨ, ਉਹਨਾਂ ਦੀ ਜ਼ਮੀਰ ਮਾਰ ਦਿੱਤੀ ਹੈ। ਵੇਖ ਧੁਰ ਕਰ ਮੱਚਾ, ਵੇਖ ਧੁਰ ਕਰ ਮੱਚਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਵੇਖ ਵੇਖਣਾ ਕਰੋ ਭਾਈ, ਵੀ ਧੁਰੋਂ ਹੀ ਨਾ ਐਸੇ ਉਹਨਾਂ ਦੇ ਭੈੜੇ ਕਰਮ ਹਨ, ਇਸੇ ਕਰਕੇ ਉਹ ਮੱਚਦੇ ਨੇ, ਸੜਦੇ ਨੇ ਈਰਖਾ ਦੀ, ਵਿਕਾਰਾਂ ਦੀ, ਕ੍ਰੋਧ ਦੀ ਅੱਗ ਦੇ ਵਿੱਚ ਹਮੇਸ਼ਾ ਹੀ ਮੱਚਦੇ ਰਹਿੰਦੇ ਹਨ, ਦੁੱਖਾਂ ਦੇ ਵਿੱਚ ਹੀ ਹਮੇਸ਼ਾ ਹੀ ਧੱਕੇ ਖਾਂਦੇ ਨੇ। ਜਾਂ ਵੇਖ ਧੁਰ ਕਰਮ ਚਾ, ਇਹ ਦੂਜਾ ਪਾਠ ਇੱਦਾਂ ਵੀ ਕਰਦੇ ਨੇ, ਕਰਮ ਚਾ, ਅਤੇ ਕਈ ਸਰੂਪਾਂ ਦੇ ਵਿੱਚ ਕਰਮੱਚਾ ਇੱਦਾਂ ਵੀ ਲਿਖਿਆ ਹੁੰਦਾ ਹੈ, ਅਤੇ ਅਰਥ ਇਹੀ ਹੈ ਵੀ ਚਾ ਪੁਨਾ, ਕਹਿੰਦੇ ਬੌੜੋ ਫਿਰ ਵੇਖੋ ਵੀ ਧੁਰੋਂ ਹੀ ਉਹਨਾਂ ਦੇ ਜਿਹੜੇ ਕਰਮ ਨੇ ਨਾ ਇਹ ਇਹੋ ਜਿਹੇ ਹੀ ਹਨ, ਵੀ ਉਹਨਾਂ ਦਾ ਕੰਮ ਹੈ ਵੀ ਸੜੀ ਜਾਓ, ਲੜੀ ਜਾਓ, ਕਿਉਂਕਿ ਮਾਲਕ ਨੇ ਆਪਣੇ ਵੱਲੋਂ ਬੇਮੁਖ ਜੋ ਕਰਤੇ ਹਨ। ਜਮਦੂਤੀ ਹੈ ਹੇਰਿਆ, ਜਮਦੂਤਾਂ ਨੇ ਉਹਨਾਂ ਵੱਲ ਹੇਰਿਆ ਤੱਕਣਾ ਕੀਤਾ ਹੈ, ਭਾਵ ਜਿਹੜਾ ਮਾੜਾ ਕਰਮ ਕਰੇ ਉਹਦੇ ਵੱਲ ਜਮਦੂਤ ਤੱਕਦੇ ਨੇ ਵੀ ਕਦੋਂ ਸਾਡੇ ਦਾ ਆਵੇ, ਇਹਨੂੰ ਅਸੀਂ ਦੱਸਾਂਗੇ ਵੀ ਹੁਣ ਕਿਵੇਂ ਮੰਦ ਕਰਮ ਕਰੀਦੇ ਹਨ। ਦੁੱਖ ਹੀ ਮਹਿ ਪਚਾ, ਦੁੱਖਾਂ ਦੇ ਵਿੱਚ ਹੀ ਪਚਾ ਪਚਦਾ ਸੜਦਾ ਰਹਿੰਦਾ ਹੈ ਹਰ ਸਮੇਂ। ਵਾਤ ਪਾਵਸ ਧਰਮ ਕਾ, ਮਹਾਰਾਜ ਕਹਿੰਦੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਕਿਉਂਕਿ ਉਸਦੇ ਅਕਾਲ ਪੁਰਖ ਦੇ ਦਰ ਤੇ ਨਾ ਸਦਾ ਹੀ ਧਰਮ ਦਾ ਹੀ ਤਪਾਵਸ ਨਿਆਂ ਹੁੰਦਾ ਏ। ਨਾਨਕ ਦਰ ਸੱਚਾ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਸਾਧ ਸੰਗਤ ਸੱਚਖੰਡ ਰੂਪੀ ਜੋ ਦਰ ਦੁਆਰਾ ਹੈ ਨਾ ਉਹ ਸੱਚਾ ਹੈ, ਅਤੇ ਸੱਚੇ ਦੁਆਰੇ ਦੇ ਮਾਲਕ ਦੇ ਸੱਚੇ ਦਰਬਾਰ ਵਿੱਚ ਸਦਾ ਹੀ ਨਿਆਂ ਹੁੰਦਾ।
ਜਿਹੋ ਜਿਹਾ ਕੋਈ ਨਿੰਦਕ ਕਰਮ ਕਰਦਾ ਉਹਨਾਂ ਨੂੰ ਉਹੋ ਜਿਹੀ ਫਿਰ ਸਜ਼ਾ ਮਿਲਦੀ ਹੈ। ਦੱਖਣੇ ਮਹੱਲਾ ਪੰਜਵਾ ਪ੍ਰਭਾਤੇ ਪ੍ਰਭ ਨਾਮ ਜਪ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੁਰਸਿੱਖਾ ਪ੍ਰਭਾਤ ਅੰਮ੍ਰਿਤ ਵੇਲੇ ਦਾ ਸਮਾਂ ਹੈ, ਵੱਡੇ ਤੜਕੇ ਦਾ ਨਾਂ। ਪ੍ਰਭਾਤੇ ਪ੍ਰਭ ਨਾਮ ਜਪ, ਕਹਿੰਦੇ ਪਰਮੇਸ਼ਰ ਦਾ ਨਾਮ ਜਪਣਾ ਕਰ ਸਿਮਰ। ਕਲਯੁਗ ਨੂੰ ਵੀ ਅੰਮ੍ਰਿਤ ਵੇਲਾ ਕਹਿੰਦੇ ਨੇ, ਵੀ ਜਿਹੜੇ ਪਹਿਲੇ ਯੁਗ ਹਨ ਤਿੰਨ ਯੁਗ, ਅਤੇ ਫਿਰ ਚੌਥਾ ਪਹਿਰ ਹੀ ਅੰਮ੍ਰਿਤ ਵੇਲਾ ਹੁੰਦਾ, ਚੌਥਾ ਪਹਿਰ ਦੀ ਨਿਆਈ ਕਲਯੁਗ ਅੰਮ੍ਰਿਤ ਵੇਲਾ ਹੈ, ਜਾਂ ਫਿਰ ਜੋ ਇਹ ਮਨੁੱਖਾ ਜਨਮ ਹੈ ਵੀ ਅੰਮ੍ਰਿਤ ਵੇਲਾ ਏ, ਇਹਨੂੰ ਵੀ ਅੰਮ੍ਰਿਤ ਵੇਲਾ ਕਹਿੰਦੇ ਹਨ। ਜਦੋਂ ਸਿਮਰਨ ਕਰੀਏ ਅਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਅੰਮ੍ਰਿਤ ਵੇਲੇ ਤੜਕੇ ਉੱਠ ਕੇ, ਅੰਮ੍ਰਿਤ ਵੇਲਾ ਕਲਯੁਗ ਦੇ ਸਮੇਂ ਦੇ ਵਿੱਚ, ਅੰਮ੍ਰਿਤ ਵੇਲਾ ਮਨੁੱਖਾ ਜਨਮ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣਾ ਕਰ, ਸਿਮਰਨ ਕਰ। ਗੁਰ ਕੇ ਚਰਨ ਧਿਆਏ, ਗੁਰੂ ਸਾਹਿਬ ਦੇ ਚਰਨਾਂ ਨੂੰ ਧਿਆ, ਪ੍ਰਤੱਖ ਚਰਨ, ਗੁਰੂਆਂ ਦੇ ਸ਼ਬਦ ਰੂਪੀ ਚਰਨ ਹਿਰਦੇ 'ਚ ਧਿਆਉਣਾ, ਆਰਾਧਨਾ ਕਰ ਆਪਣੇ ਗੁਰਾਂ ਦਾ, ਚਰਨਾਂ ਦਾ, ਆਪਣੇ ਗੁਰਾਂ ਦੇ ਚਰਨਾਂ ਦਾ ਆਪਣੇ ਦਿਲ ਵਿੱਚ ਹਿਰਦੇ 'ਚ ਧਿਆਨ ਕਰ। ਜਨਮ ਮਰਨ ਵਾਲੀ ਉਤਰਾ, ਇਹਦੇ ਨਾਲ ਫਿਰ ਮਹਾਰਾਜ ਕੀ ਕਹਿੰਦੇ ਕੀ ਹੋਵੇਗਾ ਵੀ ਤੇਰੀ ਜਨਮ ਮਰਨ ਦੀ ਜਿਹੜੀ ਕਈ ਜਨਮਾਂ ਦੀ ਕਈ ਸਮਿਆਂ ਦੀ ਮੈਲ ਲੱਗੀ ਹੋਈ ਹੈ ਨਾ, ਜਿਹਨਾਂ ਕਰਕੇ ਜਨਮ ਕਈ ਜਨਮਾਂ ਦੀ ਮੈਲ ਹੈ, ਉਸੇ ਕਰਕੇ ਹੀ ਅੱਗੇ ਫਿਰ ਮਰਨ ਮਰਨਾ ਹੁੰਦਾ ਵਾਰ ਵਾਰ, ਅਤੇ ਜਨਮ ਮਰਨ ਦਾ ਦੁੱਖ, ਅਵਿਦਿਆ ਦੀ ਮੈਲ, ਪਾਪਾਂ ਦੀ ਮੈਲ ਸਾਰੀ ਹੀ ਉੱਤਰ ਜਾਵੇਗੀ, ਸਭ ਦੁੱਖ ਮਲੀਨਤਾ ਹੀ ਲਹਿ ਜਾਵੇਗੀ। ਸੱਚੇ ਕੇ ਗੁਣ ਗਾਏ, ਸੱਚੇ ਪਰਮੇਸ਼ਰ ਦੇ ਸਤਿ ਸ੍ਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰਕੇ, ਪਰਮੇਸ਼ਰ ਦੇ ਗੁਣ ਗਾਉਣਾ ਕਰੋ, ਉਹਦੇ ਗੁਣ ਗਾਉਣ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਦੁੱਖ, ਫਿਰ ਇਸੇ ਪ੍ਰਕਾਰ ਵਿਦਿਆ ਦੀ, ਪਾਪਾਂ ਦੀ, ਵਿਕਾਰਾਂ ਦੀ ਮੈਲ ਸਭ ਕੁਝ ਗਲੋਂ ਲਹਿ ਜਾਵੇਗੀ। ਮਹੱਲਾ ਪੰਜਵਾ ਦੇਹ ਅੰਧਾਰੀ ਅੰਧ, ਮਹਾਰਾਜ ਕਹਿੰਦੇ ਨੇ ਸੰਬੋਧਨ ਕਰਕੇ ਸਾਨੂੰ ਜੀਵਾਂ ਨੂੰ, ਪੰਜਵੇਂ ਪਾਤਸ਼ਾਹ ਵੀ, ਹੇ ਅੰਧ ਅੰਧੇ ਅਗਿਆਨੀ ਜੀਵ, ਦੇਹ ਅੰਧਾਰੀ, ਤੇਰੀ ਦੇਹੀ ਜਿਹੜੀ ਹੈ ਨਾ ਅੰਧਾਰੀ ਅੰਨੀ ਹੈ, ਭਾਵ ਅਗਿਆਨਤਾ ਦੇ ਹਨੇਰੇ 'ਚ ਪਈ ਹੈ, ਕੋਈ ਸ਼ੁਭ ਗੁਣ ਨਹੀਂ ਕਰਦਾ ਤੇਰਾ ਸਰੀਰ, ਸੁਣੀ ਨਾਮ ਵਿਹੂਣੀਆ, ਨਾਮ ਨਹੀਂ ਜਪਦੀ, ਪਰਮੇਸ਼ਰ ਦੇ ਨਾਮ ਤੋਂ ਵਿਹੂਣੀਆਂ ਬਿਨਾਂ ਹੋਣੇ ਕਰਕੇ, ਅਭਿਆਸ ਤੋਂ ਖਾਲੀ ਹੋਣੇ ਕਰਕੇ ਸੁਣੀ ਹੋਈ ਪਈ ਹੈ, ਖਾਲੀ ਹੋਈ, ਭਾਵ ਕੋਈ ਸ਼ੁਭ ਗੁਣ ਨਹੀਂ ਹੈ ਤੇਰੀ ਦੇਹੀ ਦੇ ਅੰਦਰ, ਨਾਮਹੀਣ ਹੋਣ ਕਰਕੇ। ਨਾਨਕ ਸਫਲ ਜਨਮ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਉਹਨਾਂ ਦਾ ਜਨਮ ਸਫਲ ਪ੍ਰਵਾਨ ਹੈ, ਉਹ ਆਏ ਜ਼ਿੰਦਗੀ ਦੇ ਵਿੱਚ ਜਨਮ ਲੈ ਕੇ ਸੰਸਾਰ 'ਚ, ਧੰਨ ਨੇ ਭਾਈ ਸਤਿਕਾਰਯੋਗ ਨੇ ਐਸੇ ਗੁਰਮੁਖ। ਜੈ ਘਟ ਬੁੱਠਾ ਸੱਚ ਧਣੀ, ਜੈ ਜਿਸ ਦੇ ਘਟ ਹਿਰਦੇ ਦੇ ਵਿੱਚ ਸੱਚਾ ਧਣੀ, ਜੋ ਮਾਲਕ ਪਰਮੇਸ਼ਰ ਬੁੱਠਾ ਵੱਸ ਗਿਆ, ਜਿਨ੍ਹਾਂ ਦੇ ਹਿਰਦੇ 'ਚ ਰੱਬ ਵੱਸਦਾ ਉਹ ਧਨਤਾ ਦੇ ਯੋਗ ਨੇ, ਉਹਨਾਂ ਦਾ ਜਨਮ ਵੀ ਸਫਲ ਹੈ। ਮਹੱਲਾ ਪੰਜਵਾ ਲੋਇਣ ਲੋਈ ਡੇਠ, ਮਹਾਰਾਜ ਕਹਿੰਦੇ ਵੀ ਮੈਂ ਆਪਣੇ ਲੋਇਣ ਨੇਤਰਾਂ ਦੇ ਨਾਲ ਜੋ ਲੋਈ ਪ੍ਰਕਾਸ਼ ਕਰਨ ਵਾਲਾ ਪਰਮੇਸ਼ਰ ਹੈ ਨਾ, ਉਹਨੂੰ ਡੇਠ ਦੇਖਣਾ ਕੀਤਾ ਸਭ ਥਾਵਾਂ ਵਿੱਚ। ਪਿਆਸ ਨਾ ਬੁਝੈ ਮੂਹ ਘਣੀ, ਪਿਆਸ ਨਾ ਬੁਝੈ ਮੂਹ ਘਣੀ, ਬੁਝਣਾ ਭਾਵ ਸਮਾਪਤ ਹੋਣੀ, ਕਹਿੰਦੇ ਵੀ ਜਿਹੜੀ ਮੇਰੀ ਪਿਆਸ ਹੈ ਨਾ ਦਰਸ਼ਨਾਂ ਦੀ, ਤ੍ਰੇ ਅਜੇ ਵੀ ਬੁਝੇ ਬੁਝਦੀ ਨਹੀਂ ਹੈ, ਹੋਰ ਹੀ ਘਣੀ ਬਹੁਤੀ ਉਹ ਬਹੁਤੀ ਲੱਗੀ ਜਾਂਦੀ, ਫਿਰ ਇਸੇ ਤਰ੍ਹਾਂ ਪੜ੍ਹਦੇ ਹੋਇਣ ਲੋਈ ਡੇਠ। ਇੱਕ ਤਾਂ ਇਹ ਭਾਵ ਜਿਹੜਾ ਪ੍ਰਗਟ ਕੀਤਾ, ਦੂਜਾ ਭਾਵ ਇਹ ਹੈ ਵੀ ਮਹਾਰਾਜ ਕਹਿੰਦੇ ਵੀ ਲੋਇਣ, ਮੈਂ ਆਪਣੀਆਂ ਇਹਨਾਂ ਲੋਇਣ ਅੱਖਾਂ ਦੇ ਨਾਲ ਨਾ ਲੋਈ ਕੀ ਹੈ ਜਗਤ ਸੰਸਾਰ, ਸਾਰਾ ਹੀ ਜਗਤ ਜਿਹੜਾ ਇਹਨੂੰ ਡੇਠ ਤੱਕਦਾ ਹਾਂ, ਜਗਤ ਨੂੰ ਵੇਖਦੇ ਹਾਂ ਨਾ ਆਪਾਂ, ਕਈ ਕੁਝ ਵੇਖਦੇ ਹਾਂ, ਕੋਈ ਪਹਾੜਾਂ 'ਚ ਜਾਵੇ ਉਹਦੀ ਸਲਾਹਤਾ ਕਰਦਾ ਹੈ, ਕੋਈ ਕਿਤੇ ਬਰਫ਼ ਪੈਂਦੀ ਵੇਖ ਕੇ, ਕੋਈ ਪਾਣੀ ਦੇ ਝਰਨੇ ਵੇਖ ਕੇ, ਕੋਈ ਕਿਸੇ ਦੀ ਸੁੰਦਰਤਾ ਵੇਖ ਕੇ, ਕੋਈ ਬਹਾਰ ਆਈ ਵੇਖ ਕੇ, ਕੋਈ ਮੌਸਮ ਵੇਖ ਕੇ, ਕੋਈ ਪਦਾਰਥ ਵੇਖ ਕੇ ਖੁਸ਼ ਹੁੰਦਾ ਹੈ ਨਾ, ਇਹ ਜਗਤ ਨੂੰ ਵੇਖਣਾ ਹੈ। ਇੱਦਾਂ ਅੱਖਾਂ ਦੇ ਨਾਲ ਸਾਰੇ ਹੀ ਜਗਤ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ, ਮੈਂ ਤੱਕਦਾ ਹਾਂ, ਜਗਿਆਸੂ ਕਹਿੰਦਾ, ਮੈਂ ਜਗਤ ਨੂੰ ਵੇਖੀ ਜਾ ਰਿਹਾ ਹਾਂ। ਪਿਆਸ ਨਾ ਬੁਝੈ ਮੂਹ ਘਣੀ, ਪਰ ਪਿਆਸ ਨਾ ਬੁਝੈ ਮੂਹ ਘਣੀ, ਕਹਿੰਦੇ ਵੀ ਜਿਹੜੀ ਮੇਰੀ ਪਿਆਸ ਹੈ ਨਾ ਜਗਤ ਦੇ ਪਦਾਰਥਾਂ ਵੱਲ, ਸੰਸਾਰ ਨੂੰ ਤੱਕਣ ਦੀ, ਰੂਪਾਂ ਨੂੰ ਵੇਖਣ ਦੀ, ਇਹ ਬੁਝੇ ਬੁਝਦੀ ਨਹੀਂ, ਸਗੋਂ ਹੋਰ ਘਣੀ ਬਹੁਤ ਹੀ ਵੱਧਦੀ ਜਾਂਦੀ, ਤ੍ਰਿਸ਼ਨਾ ਅੰਦਰ
ਜਿਉਂ ਜਿਉਂ ਵੇਖੀਦਾ ਹੈ ਅੱਖਾਂ ਰੱਜਦੀਆਂ ਨਹੀਂ, ਕੰਨ ਸੁਣ ਕੇ ਨਹੀਂ ਰੱਜਦੇ, ਅੱਖਾਂ ਵੇਖ ਕੇ ਨਹੀਂ ਰੱਜਦੀਆਂ, ਜੀਵਾ ਚਸਕੇ ਲੈ ਕੇ ਨਹੀਂ ਰੱਜਦੀ। ਇਸ ਪ੍ਰਕਾਰ ਗਾਂ ਦੀ ਗਾਂ ਤ੍ਰਿਸ਼ਨਾ ਮੇਰੀ ਵੱਧਦੀ ਜਾਂਦੀ ਹੈ। ਨਾਨਕ ਸੇ ਅਖੜੀਆ ਬਿਆਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ 1100 ਅੰਗ ਤੇ ਨਾਨਕ ਸੇ ਅਖੜੀਆਂ ਬੇਅੰਨ। ਬੇਅੰਨ ਹੁੰਦਾ ਵੀ ਦੂਜੀਆਂ ਦੂਸਰੀਆਂ, ਕਹਿੰਦੇ ਮੇਰੀਆਂ ਅੱਖਾਂ ਦੇ ਪਦਾਰਥ ਹੀ ਵੇਖਣ 'ਚ ਲੱਗੀਆਂ ਨੇ, ਪਰ ਸਾਹਿਬ ਕਹਿੰਦੇ ਉਹ ਅੱਖੀਆਂ ਜਿਹੜੀਆਂ ਹੁੰਦੀਆਂ ਨੇ ਨਾ ਦੂਸਰੀਆਂ ਹੀ ਨੇ, ਭਾਵ ਵੀ ਉਹ ਵੈਰਾਗ ਤੇ ਗਿਆਨ ਰੂਪੀ ਹੋਰ ਹੀ ਨੇਤਰ ਹਨ। ਜਿਨੀ ਦਸੰਦੋ ਮਾ ਪਿਰੀ, ਜਿਨ੍ਹਾਂ ਅੱਖਾਂ ਕਰਕੇ ਗਿਆਨ ਕਰਕੇ ਮਾਂ ਮੇਰਾ ਜੋ ਪਿਰੀ ਪਿਆਰਾ ਪਰਮੇਸ਼ੁਰ ਦਸੰਦੋ ਦਿਸਦਾ ਹੈ, ਜਿਨ੍ਹਾਂ ਦੇ ਨਾਲ ਵਾਹਿਗੁਰੂ ਦੇ ਦਰਸ਼ਨ ਹੁੰਦੇ ਉਹ ਅੱਖਾਂ ਹੋਰ ਨੇ। ਜਿਹੜੀਆਂ ਅੱਖਾਂ ਜਗਤ ਨੂੰ ਵੇਖਦੀਆਂ ਨੇ ਤਮਾਸ਼ਿਆਂ ਨੂੰ, ਉਹ ਅੱਖਾਂ ਦੇ ਨਾਲ ਮਾਲਕ ਨਹੀਂ ਦੇਖਦਾ ਤੇ ਤ੍ਰਿਸ਼ਨਾ ਵੱਧਦੀ ਹੈ। ਅਤੇ ਉਹ ਜੋ ਗਿਆਨ ਦੀਆਂ ਅੱਖਾਂ ਹਨ, ਹੋਰ ਹੀ ਅੱਖਾਂ ਨੇ ਮੋਹ ਮਾਇਆ ਤੋਂ ਪਰੇ ਦੀਆਂ, ਉਹਨਾਂ ਨਾਲ ਮਾਲਕ ਦੇ ਦਰਸ਼ਨ ਹੁੰਦੇ ਨੇ। ਇਸ ਮਹੱਲੇ ਦਾ ਭਾਵ ਇਹ ਹੈ ਵੀ ਜਦੋਂ ਸੰਸਾਰ ਦਾ ਮੋਹ ਹੋਵੇ ਅੱਖਾਂ ਦੇ ਨਾਲ, ਫਿਰ ਪਦਾਰਥ ਹੀ ਵੇਖਣੇ ਚੰਗੇ ਲੱਗਦੇ ਨੇ ਅਤੇ ਤ੍ਰਿਸ਼ਨਾ ਵੱਧਦੀ ਹੈ। ਪਰ ਜਦੋਂ ਅੰਦਰ ਵੈਰਾਗ ਹੋਵੇ, ਇੱਕ ਅੱਖ ਵੈਰਾਗ ਦੀ ਹੋਵੇ, ਗਿਆਨ ਦੀ ਹੋਵੇ, ਅਤੇ ਵੈਰਾਗ ਅਤੇ ਗਿਆਨ ਰੂਪੀ ਜੋ ਅੱਖਾਂ ਨੇ ਨਾ, ਇਹਨਾਂ ਦੇ ਨਾਲ ਉਹ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ। ਪੌੜੀ ਜਿਨ ਜਨ ਗੁਰਮੁਖ ਸੇਵਿਆ, ਜਿਨ੍ਹਾਂ ਜਨਾਂ ਨੇ, ਜਨ ਕਹਿੰਦੇ ਨੇ ਪੁਰਖਾਂ ਨੂੰ, ਗੁਰਮੁਖਾਂ ਨੂੰ, ਵੀ ਜਿਨ੍ਹਾਂ ਗੁਰਮੁਖਾਂ ਨੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਤਿੰਨਾਂ ਸਭ ਸੁੱਖ ਪਾਏ, ਉਹਨਾਂ ਨੇ ਸਾਰੇ ਹੀ ਸੁੱਖ ਪਾਈ ਪ੍ਰਾਪਤ ਕਰ ਲਏ ਨੇ ਲੋਕ ਪਰਲੋਕ ਦੇ। ਉਹ ਆਪ ਤਰਿਆ ਕੁਟੰਬ ਸਿਓ, ਉਹ ਕਹਿੰਦੇ ਪੁਰਖ ਆਪ ਕੁਟੰਬ ਪਰਿਵਾਰ, ਇਸਤਰੀ ਤੋਂ ਵਧੇ ਸਾਰੇ ਹੀ ਪਰਿਵਾਰ ਦੇ ਨਾਲ ਉਹ ਆਪ ਤਰਿਆ ਕੋਟੰਬ ਸਿਓ, ਆਪਣੇ ਸਾਰੇ ਹੀ ਕੋੜਵੇਂ ਕੁਟੰਬ ਦੇ ਨਾਲ ਜਗਤ ਤੋਂ ਪਾਰ ਹੋ ਗਿਆ ਹੈ। ਸਭ ਜਗਤ ਤਰਾਈ, ਤੇ ਜਿਹੜੇ ਗੁਰਮੁਖ ਨਾਮ ਜਪਦੇ ਨੇ ਉਹ ਸਾਰੇ ਜਗਤ ਨੂੰ ਵੀ ਨਾਮ ਜਪਾ ਕੇ ਤਾਰ ਲੈਂਦੇ, ਪਾਰ ਕਰ ਦਿੰਦੇ ਹਨ। ਓਨ ਹਰ ਨਾਮਾ ਧਨ ਸੰਚਿਆ, ਓਨ ਇਹ ਧਿਆਨ ਰੱਖਣਾ, ਇਹੀ ਪਾਠ ਆਵੇਗਾ, ਜਿਵੇਂ ਉਹ ਜਾਂ ਓਨ, ਕਈ ਓਨੀ ਕਈ ਜਾਣਗੇ, ਓਨ ਹਰ ਨਾਮਾ ਧਨ ਸੰਚਿਆ, ਕਿਉਂ ਉਹਨਾਂ ਨੇ ਜਗਤ ਨੂੰ ਤਾਰਿਆ ਅਤੇ ਆਪਣਾ ਪਰਿਵਾਰ ਕਿਵੇਂ ਤਾਰ ਲਿਆ? ਕਹਿੰਦੇ ਕਿਉਂਕਿ ਉਹਨਾਂ ਨੇ ਹਰੀ ਪਰਮੇਸ਼ਰ ਦਾ ਜੋ ਨਾਮ ਹੈ ਨਾ, ਓਨ ਹਰ ਨਾਮਾ ਧਨ ਸੰਚਿਆ, ਨਾਮ ਰੂਪੀ ਧਨ ਜੋ ਹੈ ਗੁਰਾਂ ਦੁਆਰਾ ਸੰਚਿਤ ਕੀਤਾ, ਇਕੱਤਰ ਕੀਤਾ ਹੈ, ਆਪਣੇ ਹਿਰਦੇ ਦੀ ਤਿਜੋਰੀ 'ਚ ਸਾਂਭਿਆ ਹੋਇਆ ਏ। ਸਭ ਤਿਖਾ ਬੁਝਾਈ, ਰਸਾਂ ਦੇ ਖਾਣ ਦੀ, ਰਸਾਂ ਕਸਾਂ ਦੇ ਭੋਗਣ ਦੀ ਜਿੰਨੀ ਵੀ ਅੰਦਰ ਪਿਆਸ ਸੀ, ਤਿਖਾ ਤ੍ਰਿਸ਼ਨਾ ਰੂਪੀ ਪਿਆਸ, ਉਹ ਸਾਰੀ ਹੀ ਨਾਮ ਰੂਪੀ ਧਨ ਨੇ ਬੁਝਾ ਦਿੱਤੀ, ਸ਼ਾਂਤ ਕਰ ਦਿੱਤੀ ਉਹਨਾਂ ਦੇ ਅੰਦਰੋਂ। ਓਨ ਛੱਡੇ ਲਾਲਚ ਦੁਨੀ ਕੇ, ਉਹਨਾਂ ਗੁਰਮੁਖਾਂ ਨੇ ਦੁਨੀਆਦਾਰੀ ਦੇ ਮੋਹ ਮਾਇਆ ਦੇ ਜਿਹੜੇ ਲਾਲਚ ਹੁੰਦੇ ਨੇ ਨਾ, ਉਹ ਸਾਰੇ ਹੀ ਸਾਧ ਸੰਗਤ ਜੀ ਲਾਲਚ ਲੋਭ ਛੱਡ ਦਿੱਤੇ ਹਨ। ਲੋਕ ਡੋਲ ਜਾਂਦੇ ਨੇ ਵੱਡੇ ਵੱਡੇ ਅਹੁਦਿਆਂ ਕਰਕੇ, ਕੋਈ ਡੋਲ ਜਾਂਦਾ ਕੋਈ ਮਾਇਆ ਵੇਖ ਕੇ, ਸਭ ਡੋਲ ਜਾਂਦੇ, ਸੱਚ ਤੋਂ ਭੱਜ ਜਾਂਦੇ ਨੇ, ਪਹਿਰਾ ਨਹੀਂ ਦਿੰਦੇ, ਕਹਿੰਦੇ ਆਪਾਂ ਕੀ ਲੈਣਾ, ਸਾਡਾ ਦੇ ਕੰਮ ਬੇਈਮਾਨ ਬਣਨ ਵਿੱਚ ਸਰ ਰਿਹਾ, ਅਸੀਂ ਤਾਂ ਗਦਾਰੀ ਕਰਨ ਵਿੱਚ ਕਾਮਯਾਬ ਹੋ ਰਹੇ ਹਾਂ, ਦਗਾ ਕਮਾਉਣ ਦੇ ਨਾਲ ਸਾਡਾ ਲਾਭ ਹੈ, ਅਸੀਂ ਕਿਉਂ ਸੱਚ 'ਤੇ ਟਿਕਣਾ ਏ? ਪਰ ਗੁਰਮੁਖ ਜਿਹੜੇ ਨੇ ਉਹਨਾਂ ਨੇ ਦੁਨੀਆਂ ਵਾਲੇ ਲਾਲਚ ਤਿਆਗ ਦਿੱਤੇ ਹਨ, ਅੰਤਰ ਲਿਵਲਾਈ, ਆਪਣੇ ਹਿਰਦੇ ਵਿੱਚ ਪਰਮੇਸ਼ੁਰ ਨਾਲ ਹੀ ਲੇ ਬਿਰਤੀ ਲਾਉਣਾ ਕੀਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦਾ ਜੋਤੀ ਜੋਤ ਹੈ, ਵੀ ਬਾਦਸ਼ਾਹ ਬੂਹੇ 'ਤੇ ਖੜ੍ਹਾ ਹੋਵੇ ਅਤੇ ਜੇ ਸੋਚ ਸਾਡੀ ਵਰਗੀ ਹੋਵੇ ਤਾਂ ਅਸੀਂ ਤਾਂ ਇਹੀ ਕਹਾਂਗੇ ਨਾ ਵੀ ਸਾਨੂੰ ਕੀ ਚਾਹੀਦਾ, ਦੁਨੀਆਂ ਦਾ ਬਾਦਸ਼ਾਹ ਵੀ ਹਿੰਦੁਸਤਾਨ ਦਾ, ਉਹ ਸਾਡੇ ਦਰਸ਼ਨ ਕਰਨੇ ਚਾਹੁੰਦਾ, ਇਹ ਸਾਡੀ ਗੱਲ ਮੰਨੂਗਾ, ਇਹਦੇ ਨਾਲ ਸਾਡਾ ਰੋਹਬ ਵਧੂਗਾ, ਵੀ ਇਹਨੂੰ ਅੰਦਰ ਬੁਲਾਈਏ ਅਤੇ ਮੇਲ ਮਿਲਾਪ ਰੱਖੀਏ। ਪਰ ਇਹ ਦੁਨੀਆਂ ਦਾ ਲਾਲਚੀ ਨਹੀਂ ਸੀ, ਔਰੰਗਜ਼ੇਬ ਵਰਗਾ ਵੀ ਮਹਾਰਾਜ ਸਾਹਿਬ ਜੀ ਦੇ ਅੱਗੇ ਝੁੱਕ ਗਿਆ ਅਤੇ ਵਾਪਸ ਚਲਾ ਗਿਆ, ਡਰਦਾ ਸੀ ਵੀ ਸਰੀਰ ਕਰਕੇ ਭਾਵੇਂ ਛੋਟੇ ਨੇ ਪਰ ਕਿਤੇ ਕੋਈ ਸਰਾਫ ਨਾ ਮਿਲ ਜੇ।
ਦੁਨੀਆ ਦੇ ਲਾਲਚ ਛੱਡ ਕੇ ਲਿਬਰਤੀ ਪਰਮੇਸ਼ਰ ਚ ਲਾਉਣਾ ਕੀਤੀ ਹੈ। ਅੰਤਰ ਲਿਵ ਲਾਈ, ਉਹਨਾਂ ਨੇ ਆਪਣੇ ਅੰਤਰ ਆਤਮੇ ਧਿਆਨ ਜੋੜ ਕੇ ਵਾਹਿਗੁਰੂ ਜੀ ਪ੍ਰੀਤੀ ਲਾਈ ਨਾਮ ਦੇ ਵਿੱਚ। ਉਸ ਸਦਾ ਸਦਾ ਘਰ ਆਨੰਦ ਹੈ, ਉਹਨਾਂ ਗੁਰਮੁਖਾਂ ਦੇ ਹਿਰਦੇ ਰੂਪੀ ਘਰ ਚ ਪ੍ਰਤੱਖ ਘਰ ਚ ਸਦਾ ਹੀ ਆਨੰਦ ਬਣਿਆ ਰਹਿੰਦਾ, ਅੰਦਰ ਨਾਮ ਜਪ ਕੇ ਆਨੰਦ ਬਣਿਆ ਰਹਿੰਦਾ, ਪ੍ਰਤੱਖ ਘਰ ਵਿੱਚ ਸੰਗਤ ਹੁੰਦੀ ਹੈ, ਕੋਈ ਗੁਰਮੁਖ ਪਿਆਰਾ ਆ ਗਿਆ ਕੋਈ ਚਲੇ ਗਿਆ, ਦਾ ਆਨੰਦ ਹੀ ਬਣਿਆ ਰਹਿੰਦਾ ਏ। ਹਰ ਸਖਾ ਸਹਾਈ, ਹਰੀ ਪਰਮੇਸ਼ਰ ਉਸ ਦਾ ਆਪ ਸਖਾ ਹੈ, ਮਿੱਤਰ। ਸਖਾ ਹੁੰਦਾ ਸਹਾਇਤਾ ਕਰਨ ਵਾਲਾ, ਗਵਾਹੀ ਭਰਨ ਵਾਲਾ, ਪਰਲੋਕ ਦੇ ਵਿੱਚ ਸਹਾਇਤਾ ਕਰਨ ਵਾਲਾ ਆਪ ਉਹਨਾਂ ਦਾ ਮਾਲਕ ਏ। ਲੋਕ ਪਰਲੋਕ ਚ ਹੀ ਮਿੱਤਰਤਾ ਨਿਭਾਉਂਦਾ ਹੈ। ਓਨ ਵੈਰੀ ਮਿੱਤਰ ਸਮ ਕੀਤੇ ਆ, ਤੇ ਉਹਨਾਂ ਪੁਰਖਾਂ ਨੇ ਗੁਰਮੁਖਾਂ ਨੇ ਭਾਵੇਂ ਕੋਈ ਵੈਰੀ ਉਹਨਾਂ ਨਾਲ ਵੈਰ ਕਰੇ, ਭਾਵੇਂ ਕੋਈ ਮਿੱਤਰ ਬਣ ਕੇ ਮਿੱਤਰਤਾ ਸੱਜਣਤਾਈ ਕਰੇ, ਸਮ ਕੀਤੇ ਆ, ਚਿੱਤ ਦੀ ਬਿਰਤੀ ਨੂੰ ਦੋਵਾਂ ਵਿੱਚ ਹੀ ਸਮਾਨ ਕੀਤਿਆ ਕਰ ਲਿਆ। ਦੁਸ਼ਮਣ ਨੂੰ ਵੇਖ ਕੇ ਦੁਖੀ ਨਹੀਂ ਹੁੰਦੇ, ਆਪਣੇ ਨੂੰ ਵੇਖ ਕੇ ਬੋਲਾ ਖੁਸ਼ ਨਹੀਂ ਹੁੰਦੇ, ਸਭ ਵਿੱਚ ਰੱਬ ਦੀ ਜੋਤ ਜਾਣਦੇ ਨੇ, ਭਲਾ ਭਲਾ ਹੀ ਕਹਿੰਦੇ ਹਨ। ਸਭ ਨਾਲ ਸੁਭਾਈ, ਸਭ ਸਾਰਿਆਂ ਨਾਲ ਹੀ ਨਾ ਸੁਭਾਈ ਸ੍ਰੇਸ਼ਟ ਭਾਵਨਾ ਪ੍ਰੇਮ ਰੱਖਦੇ ਨੇ, ਹਰ ਇੱਕ ਨਾਲ ਮੁਹੱਬਤ ਕਰਦੇ ਨੇ, ਗੁਰਮੁਖਾਂ ਦੀ ਨਿਸ਼ਾਨੀ ਹੈ। ਹੋਆ ਉਹੀ ਆਲ ਜਗ ਮਹਿ, ਹੋਆ ਉਹੀ ਆਲ ਜਗ ਮਹਿ, ਉਹੀ ਤੋਂ ਭਾਵ ਉਹੀ ਪੁਰਖ ਨਾ ਜਿਹੜਾ ਇੱਦਾਂ ਦੀ ਬਿਰਤੀ ਰੱਖਦਾ, ਉਹ ਸਾਰੇ ਹੀ ਜੱਗ ਮਹਿ ਵਿੱਚ ਰਸਾਂ ਕਸਾਂ ਵੱਲੋਂ ਆਲ ਨਾਮ ਤ੍ਰਿਪਤ ਹੋਣ ਦਾ ਹੈ, ਵੀ ਤ੍ਰਿਪਤ ਹੋਇਆ ਹੈ ਜਾਂ ਇਸੇ ਪ੍ਰਕਾਰ। ਗੁਰ ਗਿਆਨ ਹੋਆ ਉਹੀ ਆਲ ਜੱਗ ਮਹਿ, ਆਲ ਨਾਮ ਸਾਧ ਸੰਗਤ ਪ੍ਰਸਿੱਧੀ ਦਾ ਵੀ ਨਾਮ ਹੈ, ਵੀ ਉਹੀ ਜਗਤ ਦੇ ਵਿੱਚ ਅਲ ਪ੍ਰਗਟ ਹੋਇਆ, ਪ੍ਰਸਿੱਧ ਹੋ ਗਿਆ ਹੈ ਸਾਰੇ ਜਹਾਨ ਦੇ ਵਿੱਚ। ਗੁਰ ਗਿਆਨ ਜਪਾਈ, ਉਸੇ ਨੂੰ ਗੁਰਾਂ ਨੇ ਗਿਆਨ ਦਾ ਜਾਪ ਜਪਾਈ ਜਪਾਉਣਾ ਕੀਤਾ, ਭਾਵ ਗੁਰ ਉਪਦੇਸ਼ ਚੇਤੇ ਕਰਾਇਆ, ਗੁਰੂ ਦੇ ਉਪਦੇਸ਼ ਦੀ ਉਹਨਾਂ ਨੂੰ ਕਮਾਈ ਕਰਾਈ ਹੈ ਵਾਹਿਗੁਰੂ ਨੇ। ਪੂਰਬ ਲਿਖਿਆ ਪਾਇਆ, ਪਾਤਸ਼ਾਹ ਜੀ ਕਹਿੰਦੇ ਵੀ ਇਹ ਉਹਨਾਂ ਨੇ ਨਾ ਪੂਰਬ ਲਾਈ, ਜਿਹੜਾ ਪਿਛਲਾ ਪਹਿਲਾਂ ਵੀ ਚੰਗੇ ਹੀ ਕੰਮ ਕਰਦੇ ਰਹੇ, ਹੁਣ ਵੀ ਚੰਗਾ ਹੀ ਕਰਮ ਅੱਗੇ ਆ ਗਿਆ, ਅਤੇ ਉੱਤਮ ਲਿਖੇ ਹੋਏ ਭਾਗਾਂ ਕਰਕੇ ਇਹ ਮਨੁੱਖਾ ਜਨਮ ਪਾਇਆ, ਜਾਂ ਉੱਤਮ ਭਾਗਾਂ ਕਰਕੇ ਹੁਣ ਮਨੁੱਖਾ ਜਨਮ 'ਚ ਗੁਰਾਂ ਨੂੰ ਪਾਉਣਾ ਕੀਤਾ ਏ। ਹਰ ਸਿਉਂ ਬਣਿਆ, ਅਤੇ ਉਹਨਾਂ ਦੀ ਹਰੀ ਪਰਮੇਸ਼ੁਰ ਨਾਲ ਪ੍ਰੇਮ ਪ੍ਰੀਤੀ ਬਣ ਆਈ ਹੈ, ਵਾਹਿਗੁਰੂ ਨਾਲ ਪਿਆਰ ਕਰਦੇ ਹਨ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਏ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ, ਗੁਰੂ ਸਾਹਿਬ ਦੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣਾ। ਉਹ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਦੀ ਸਾਂਝ ਪਾਈ, ਉਸ ਤੋਂ ਪਹਿਲਾਂ ਆਪਦੇ ਚਰਨਾਂ ਦੇ ਵਿੱਚ ਬੇਨਤੀ ਹੈ, ਜਿਵੇਂ ਨਿਤਾ ਪ੍ਰਤੀ ਕਈ ਦਿਨਾਂ ਤੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਖਾਲਸਾ ਜੀ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਚਲਾਈ ਹੋਈ ਮਰਿਆਦਾ ਜੋ ਅੰਮ੍ਰਿਤ ਦੀ ਹੈ, ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਅੰਮ੍ਰਿਤ ਦੀ ਮਰਿਆਦਾ ਆਰੰਭ ਕੀਤੀ ਹੈ, ਜਿਹਨੂੰ ਪਹਿਲਾਂ ਚਰਨ ਪਹੁਲ ਕਹਿੰਦੇ ਸਨ, ਫਿਰ ਮਹਾਰਾਜ ਸਾਹਿਬ ਜੀ ਨੇ ਖੰਡੇ ਬਾਟੇ ਦੀ ਪਹੁਲ ਤਿਆਰ ਕਰਕੇ ਹੁਕਮ ਕੀਤਾ ਵੀ ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੇਲਾ, ਵੀ ਤੁਹਾਡਾ ਜੀਵਨ ਸਫਲ ਹੋਏ, ਅੰਮ੍ਰਿਤ ਛਕੋ। 21 ਤਰੀਕ ਨੂੰ ਇਸ ਪਾਵਨ ਅਸਥਾਨ 'ਤੇ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਗੁਰੂ ਮਹਾਰਾਜ ਦੀ ਤਾਬਿਆ ਹੋ ਕੇ ਅੰਮ੍ਰਿਤ ਸੰਚਾਰ ਹੋਵੇਗਾ, ਅੰਮ੍ਰਿਤ ਤਿਆਰ ਕੀਤਾ ਜਾਵੇਗਾ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕਣ ਲਈ ਮਨ ਬਣਾਓ, ਜਿਨ੍ਹਾਂ ਛਕਿਆ ਉਹ ਹੋਰਾਂ ਨੂੰ ਪ੍ਰੇਰਣਾ ਕਰੋ ਵੀ ਤੁਸੀਂ ਅੰਮ੍ਰਿਤ ਛਕ ਕੇ ਅਤੇ ਆਪਣਾ ਜੀਵਨ ਸਵਾਰੋ। ਸੰਚਾਰ ਕਰਨਾ ਇਹ ਹੁੰਦਾ ਵੀ ਬਾਹਰੋਂ ਇੱਕ ਵਾਰ ਜਿਵੇਂ ਬੋਰ ਕਰਦੇ ਹਾਂ ਨਾ, ਧਰਤੀ ਵਿੱਚ ਪਾਣੀ ਤਾਂ ਹੈ ਪਰ ਬਾਹਰੋਂ ਪਾਣੀ ਪਾਉਣਾ ਪੈਂਦਾ, ਇੱਕ ਵਾਰ ਪਾ ਦਈਏ ਫਿਰ ਮੋਟਰਾਂ ਦੇ ਰਾਹੀਂ ਚੱਲਿਓ ਸਾਧ ਸੰਗਤ ਪਾਣੀ ਨਿਕਲਦਾ ਹੈ, ਆਪਾਂ ਉਹਦੀ ਵਰਤੋਂ ਕਰਦੇ ਹਾਂ। ਇਸੇ ਤਰ੍ਹਾਂ ਅੰਮ੍ਰਿਤ ਦੇ ਨਾਲ ਅੰਮ੍ਰਿਤ ਦਾ ਅੰਦਰ ਖੂਹ ਭਰਿਆ ਹੈ ਪਰਮੇਸ਼ਰ ਨੇ, ਪਰ ਉਹ ਪ੍ਰਗਟ ਹੋਵੇਗਾ ਝਰਨਾ ਜਦੋਂ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਂਗੇ, ਅਤੇ ਇਹ ਅੰਮ੍ਰਿਤ ਛਕ ਕੇ ਅੰਦਰਲਾ ਅੰਮ੍ਰਿਤ ਸਾਡਾ ਜਿਹੜਾ ਹੈ ਨਾ, ਫਿਰ ਉਵੇਂ ਉਹ ਚੱਲੇ ਝਰਨੇ ਝਰਨੇ ਵਗ ਜਾਣਗੇ, ਨਿਰਮਲ ਨਾਮ ਦੀ ਧਾਰਾ ਵਗ ਜਾਵੇਗੀ, ਰੋਮ ਰੋਮ ਕਰਕੇ ਮਾਲਕ ਦੀ ਕਿਰਪਾ ਹੋਵੇਗੀ। ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਰਿਆਦਾ, ਗੁਰੂ ਨਾਨਕ ਸਾਹਿਬ ਜੀ ਦੀ ਚਲਾਈ ਹੋਈ ਮਰਿਆਦਾ ਵਿੱਚ ਆਈਏ।
आओ अखीरलियां पंक्तियां दा पाठ सरवण करो। होआ ओही आल जग मह गुर ज्ञान जपाई पूरब लिखया पाया हर स्यों बण आई। वाहे गुरु जी का खालसा वाहे गुरु जी की फतेह।